जस्टिव देख रहे हो तुसी, मैं केपी सिंह तुहाडा स्वागत करता है। नागरिकता सोध कानून ते विरोध लगातार वध रहा है, इधरों सरकार अपना पक्ष लगातार रख रही है। दिल्ली का दंगल सजा होया, सियासी दंगल, उस विचाले रैलियां की जा रही, रैलियों में भी आपदे आपदे पक्ष रखे जा रहे हैं। विरोध करने वाले विरोध जता रहे हैं, तो पक्ष रखने वाली सरकार है जां उन्होंने भाईवाल है वो पक्ष रख रहे हैं। बहुत सारे सवाल है देश में उठ रहे हैं, विदेशों में भी सवाल उठने शुरू हो गए। विदेशों में सवाल यहोजे उठे है कि विदेशों में विरोध भी जताया जा रहा, तो यूरोपीयन यूनियन संसद में मता भी पा दिता गया है। बहुत सारे यहोजे सवाल है जिहड़े पूछने लाजमी है कि सरकार इन सवालों का जवाब की देगी। असी कुछ सवाल पूछांगे, देश तो विदेश तक सीएए ते केड़ी कंपेन। ਅੱਜ ਬਹਿਸ ਕਿਉਂ ਕਰ ਰਿਹਾ ਟੂ ਦਾ ਪੁਆਇੰਟ ਵੇ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸਦੀ ਹੈ ਫਟਾਫਟ। ਸੀਏ ਅਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸੰਗਰਾਮ ਹੋਰ ਵੱਧ ਗਿਆ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮਤਾ ਪਾਸ ਕਰ ਦਿੱਤਾ ਗਿਆ। ਕੇਰਲ, ਪੰਜਾਬ ਅਤੇ ਰਾਜਸਥਾਨ ਦੇ ਸਦਨ ਪਹਿਲਾਂ ਹੀ ਵਿਰੋਧ ਮਤਾ ਪਾਸ ਕਰ ਚੁੱਕੇ ਨੇ। ਯੂਰਪੀਅਨ ਯੂਨੀਅਨ ਸੰਸਦ ਵਿੱਚ ਸੀਏ ਦੇ ਵਿਰੋਧ ਵਿੱਚ ਮਤਾ ਲਿਆਂਦਾ ਗਿਆ। ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਜਤਾਇਆ, ਕਿਹਾ ਸਾਡਾ ਅੰਦਰੂਨੀ ਮਸਲਾ। ਦੇਸ਼ ਸਣੇ ਵਿਦੇਸ਼ਾਂ ਵਿੱਚ ਵੀ ਕਈ ਥਾਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮੁਜ਼ਾਹਰੇ ਹੋਏ। ਦਿੱਲੀ ਵਿੱਚ ਸ਼ਾਹੀਨ ਬਾਗ ਦੇ ਧਰਨਾ ਪ੍ਰਦਰਸ਼ਨ 'ਤੇ ਸਿਆਸੀ ਵਾਰ ਪਲਟਵਾਰ ਤੇਜ਼ ਹੋ ਗਿਆ। ਸੀਏ ਦੇ ਵਿਰੋਧ ਮੌਕੇ ਪ੍ਰਦਰਸ਼ਨਾਂ ਵਿੱਚ ਹੋਈਆਂ ਮੌਤਾਂ 'ਤੇ ਵੀ ਸਿਆਸਤ ਪੱਕੀ ਆ, ਅਤੇ ਇੱਧਰੋਂ ਕੋਰਟ ਨੇ ਵੀ ਜਵਾਬ ਮੰਗ ਲਿਆ ਸਰਕਾਰ ਤੋਂ ਕਿ ਹਿੰਸਾ ਹੋਈ ਆ ਅਤੇ ਉਹਨਾਂ ਮੌਤਾਂ ਦਾ, ਜਿਹੜੀਆਂ ਲਾਸ਼ਾਂ ਦਾ, ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਉਸ ਬਾਰੇ ਕੀ ਰਿਪੋਰਟ ਹੈਗੀ ਆ। ਇਹੋ ਜਿਹਾ ਮਸਲਾ ਵੀ ਉੱਠ ਖੜਾ ਹੋਇਆ। ਪੰਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਪੰਜ ਤਸਵੀਰਾਂ ਦੇ ਵਿਚਾਲੇ ਹੀ ਸਾਰੀ ਕਹਾਣੀ ਤੁਹਾਨੂੰ ਸਮਝ ਆ ਜਾਏਗੀ ਕਿ ਹੁਣ ਨਵਾਂ ਕੀ ਹੋ ਰਿਹਾ। ਦੇਸ਼ ਤੋਂ ਵਿਦੇਸ਼ ਤੱਕ ਸੀਏ ਖਿਲਾਫ਼ ਮਤੇ ਪਾਏ ਜਾ ਰਹੇ ਆ, ਹਾਸਲ ਕੀ ਹੋਵੇਗਾ, ਸਵਾਲ ਇਹ ਆਪਣੇ ਆਪ ਵਿੱਚ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਕੇਰਲਾ ਵਿਧਾਨ ਸਭਾ ਵਿੱਚ ਮਤਾ ਪਾਇਆ ਗਿਆ 31 ਦਸੰਬਰ 2019 ਨੂੰ, ਜਿਹੜੀ ਪਿਛਲੇ ਸਾਲ ਦੀ ਗੱਲ ਹੈ, ਅਤੇ ਦੂਜੇ ਨੰਬਰ 'ਤੇ ਪੰਜਾਬ ਨੇ ਮਤਾ ਪਾਇਆ 17 ਜਨਵਰੀ 2020 ਨੂੰ, ਅਤੇ 25 ਜਨਵਰੀ 2020 ਨੂੰ ਰਾਜਸਥਾਨ ਦੇ ਵਿੱਚ ਮਤਾ ਪਾਇਆ ਗਿਆ, ਅਤੇ ਪੱਛਮੀ ਬੰਗਾਲ ਦੇ ਵਿੱਚ 27 ਜਨਵਰੀ 2020 ਨੂੰ ਮਤਾ ਪਾਇਆ ਗਿਆ। ਸਭ ਤੋਂ ਵੱਡੀ ਤਸਵੀਰ ਤੁਸੀਂ ਦੇਖ ਰਹੇ ਹੋ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੀ, ਜਿੱਥੇ 26 ਜਨਵਰੀ 2020 ਨੂੰ ਇਹ ਮਤਾ ਲਿਆਂਦਾ ਗਿਆ। ਸਾਡਾ ਸਵਾਲ ਇੱਕੋ ਹੋਵੇਗਾ ਕਿ ਇਹਨਾਂ ਮਤਿਆਂ ਦਾ ਹਾਸਲ ਕੀ ਹੋਵੇਗਾ। ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਦੇਸ਼ ਤੋਂ ਵਿਦੇਸ਼ ਤੱਕ ਸੀਏ 'ਤੇ ਉੱਠ ਰਹੇ ਸਵਾਲਾਂ ਦਾ ਭਾਰਤ ਸਰਕਾਰ ਕੋਲ ਕੀ ਜਵਾਬ ਹੈ। ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ ਡਾਕਟਰ ਪਹਿਲਾ ਗਰਗ, ਐਕਟੀਵਿਸਟ ਨੇ, ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀਤ ਸਿੰਘ ਮਾਂਗੜ, ਕਾਂਗਰਸ ਬੁਲਾ ਰਿਹਾ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਜੀਵ ਬੁਦਾਰਾ, ਸਵਰਾਜ ਇੰਡੀਆ ਦੇ ਬੁਲਾ ਰਿਹਾ, ਰੀਵ ਬੁਦਾਰਾ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗਰੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ, ਪਰ ਮੇਰੀ ਤਕੀਦ ਹੈ ਸਾਰੇ ਪੈਨਲਿਸਟ ਨੂੰ, ਬਹੁਤ ਸੰਜੀਦਗੀ ਵਾਲਾ ਮੁੱਦਾ ਹੈ ਅਤੇ ਉਸੇ ਤਰੀਕੇ ਨਾਲ ਜਵਾਬ ਦਿੱਤੇ ਜਾਣ ਜਿਹੜੇ ਕਿ ਸਾਡੇ ਦਰਸ਼ਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕਣ, ਕਿਉਂਕਿ ਦਰਸ਼ਕਾਂ ਦੀ ਵਾਰ ਵਾਰ ਸ਼ਿਕਾਇਤ ਆ ਰਹੀ ਹੈ ਕਿ ਸੀਏ ਸਾਨੂੰ ਸਮਝ ਹੀ ਨਹੀਂ ਆ ਰਿਹਾ, ਨਾ ਸਾਡੇ ਪੈਨਲਿਸਟ ਸਮਝਾ ਪਾ ਰਹੇ ਆ। ਉਹ ਪਤਾ ਨਹੀਂ ਕਿਹੜੇ ਪੈਨਲਿਸਟ ਆ ਜਿਹਨਾਂ ਨੂੰ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੀ, ਪਰ ਕੋਸ਼ਿਸ਼ ਕਰਾਂਗੇ ਇਹ ਪੈਨਲਿਸਟ ਆ ਤੁਹਾਨੂੰ ਸਹੀ ਤਰੀਕੇ ਨਾਲ ਸਮਝਾ ਸਕਣ। ਗਰੇਵਾਲ ਸਾਹਿਬ, ਤੁਸੀਂ ਜਵਾਬ ਕੀ ਦਿਓਗੇ, ਦੇਸ਼ ਵਿੱਚ ਹੀ ਵਿਰੋਧ ਹੋ ਰਿਹਾ, ਵਿਦੇਸ਼ ਵਿੱਚ ਵੀ ਹੋ ਰਿਹਾ? ਇਸ ਤਰ੍ਹਾਂ ਜੋ ਲੋਕ ਵਿਰੋਧ ਕਰ ਰਹੇ ਆ ਉਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਦੇ 'ਚ ਪਹਿਲੀ ਗੱਲ ਤਾਂ ਕਿਸੇ ਦੀ ਵੀ ਨਾਗਰਿਕਤਾ ਖੋਹੀ ਨਹੀਂ ਜਾ ਰਹੀ, ਔਰ ਕਿਸੇ ਵੀ ਧਰਮ ਦੇ ਇਹ ਖਿਲਾਫ਼ ਨਹੀਂ, ਨਾ ਜਾਤੀ ਧਰਮ ਨਾ ਵਰਗ ਦੇ ਨਾਲ ਦਿੱਤੀ ਹੈ। ਔਰ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ, ਯੁਗਾਂਡਾ ਦੇ ਟਾਈਮ 'ਚ ਵੀ ਹੋਇਆ ਇੰਦਰਾ ਗਾਂਧੀ ਜੀ ਦੇ ਸਮੇਂ 'ਤੇ, ਔਰ ਹੁਣ ਵੀ ਇਹ ਜਿਹੜੇ ਲੋਕ, ਚੰਦ ਲੋਕ ਨੇ ਇਹ ਜਿਹੜੇ ਵਿਰੋਧ ਕਰ ਰਹੇ ਆ, ਉਹਨਾਂ ਇੱਕ ਯੋਜਨਾਬੱਧ ਤਰੀਕੇ ਨਾਲ ਕਰ ਰਹੇ ਆ। ਪਹਿਲਾਂ ਉਹ ਸ਼ੁਰੂ 'ਚ ਜਦੋਂ ਸਾਡੀ ਸਰਕਾਰ ਬਣੀ ਸੀ ਉਹਨਾਂ ਨੇ ਟੋਲਰੈਂਸ ਇਨਟੋਲਰੈਂਸ ਕੀਤੀ, ਉਸ ਤੋਂ ਬਾਅਦ ਹੁਣ ਇਹ ਕਰ ਰਹੇ ਆ। ਮੈਨੂੰ ਅੱਜ ਤੱਕ ਇਹ ਨਹੀਂ ਸਮਝਾ ਪਾਏ ਕਿ ਅਸੀਂ ਕਿਸ ਦੇ ਖਿਲਾਫ਼ ਕੀ ਸਾਜ਼ਿਸ਼ ਕਰਤੀ ਇਹਦੇ 'ਚ, ਦੇਸ਼ ਕਿਉਂ ਨਹੀਂ ਸਮਝ ਪਾ ਰਿਹਾ, ਦੇਸ਼ ਮਤੇ ਪੈ ਰਹੇ ਆ ਉਹ ਕਿਉਂ ਨਹੀਂ ਸਮਝ? ਜਿਹੜੀਆਂ ਵਿਧਾਨ ਸਭਾ 'ਤੇ ਕਾਬਜ਼ ਨੇ ਉੱਥੇ ਹੀ ਇਹ ਮਤੇ ਪਾ ਰਹੇ ਆ, ਬਾਕੀ ਕਿੱਥੇ ਮਤੇ ਪੈ ਰਹੇ ਆ? ਅਤੇ ਉਹ ਗੁੰਮਰਾਹ ਕਰਨ ਦੀ ਜਾਣ ਬੁੱਝ ਕੇ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਕਾਂਗਰਸ ਦੇ ਆਪਣੇ ਪੈਰ ਨਹੀਂ, ਉਹਨਾਂ ਕੋਲ ਕੁਛ ਨਹੀਂ ਹੈ। ਕਮਿਊਨਿਸਟ ਜਿਹੜੇ ਇੱਥੇ, ਉਹ ਵਿਚਾਰਧਾਰਾ ਖਤਮ ਹੋ ਗਈ ਹੈ, ਅਤੇ ਲਾਲ ਸਲਾਮ ਦੀ ਜਗ੍ਹਾ ਬੰਦੇ ਮਾਤਰਮ ਆ ਗਿਆ, ਇਸ ਕਰਕੇ ਉਹ ਪਰੇਸ਼ਾਨ ਨੇ ਕਿ ਹੁਣ ਅਸੀਂ ਕਿੱਧਰ ਨੂੰ ਜਾਈਏ। ਉਹਨਾਂ ਦੇ ਕੋਲ ਆਧਾਰ ਨਹੀਂ ਹੈ। ਤੁਹਾਡੇ ਮੰਤਰੀ ਇਹ ਵੀ ਕਹਿ ਰਹੇ ਆ ਕਿ ਵਿਚਾਰ ਰੱਖਿਆ ਜਾ ਰਿਹਾ ਸ਼ਾਹੀਨ ਬਾਗ ਦੇ ਜ਼ਰੀਏ। ਗੁਰਮਨੀਤ ਮਾਂਗੜ, ਹਾਂਜੀ, ਤੁਹਾਡੇ ਲੀਡਰਾਂ ਨੂੰ ਕੀ ਹੋ ਗਿਆ ਜਿਨ੍ਹਾਂ ਨਾਲ ਜੋੜਦੇ ਸਾਰੇ ਮਸਲੇ ਨੂੰ? ਉਹ ਪਾਕਿਸਤਾਨ ਨਾਲ ਜੋੜਦੇ ਪਏ ਆ, ਫਿਰ ਪਾਕਿਸਤਾਨ ਦੇ ਮਾਮਲੇ 'ਤੇ ਤੁਸੀਂ ਜਿਨ੍ਹਾਂ ਵਾਲੀ ਥਿਊਰੀ ਲੈ ਆਉਂਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਜਿਹੜਾ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਇਹੀ ਕਰ ਰਿਹਾ, ਇਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਇਹ ਸੀਏ ਦੇ ਰਾਹੀਂ ਕੀ ਕਰਨ ਜਾ ਰਿਹਾ, ਪੰਡੋਰਾਸ ਬਾਕਸ ਓਪਨ ਕਰਨ ਜਾ ਰਿਹਾ। ਦੂਜੀ ਗੱਲ, ਜਿਹੜਾ ਪਾਕਿਸਤਾਨ ਹੈ ਜੀ, ਪਾਕਿਸਤਾਨ ਨੂੰ ਤਾਂ ਸਗੋਂ ਹੁਣ ਗਵਰਨਮੈਂਟ ਆਫ ਇੰਡੀਆ ਨੂੰ, ਖਾਸ ਕਰਕੇ ਇਹਨਾਂ ਦੇ ਕੁਛ ਮੰਤਰੀ ਨੇ ਅਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੂੰ, ਇਹ ਮੈਨੂੰ ਲੱਗਦਾ ਹੈ ਉਹਨਾਂ ਨੇ ਆਪਦਾ ਫੋਰਨ ਟੂਰਿਜ਼ਮ ਅੰਬੈਸਡਰ ਰੱਖ ਲਿਆ। ਦੇਸ਼ ਦੀ ਗੱਲ ਕਰਦੇ ਨਹੀਂ, ਹਰੇਕ ਪਲੇਟਫਾਰਮ 'ਤੇ ਇਹ ਪਾਕਿਸਤਾਨ ਨੂੰ ਡਰੈਗ ਇਨ ਕਰ ਲੈਂਦੇ। ਰਹੀ ਗੱਲ ਜਿੰਨਾ ਵਾਲੀ ਗੱਲ ਜੀ, ਦੇਖੋ ਟੂ ਨੇਸ਼ਨ ਥਿਊਰੀ ਕਿਹਨੇ ਮੰਗੀ ਸੀ? ਇੱਕ RSS ਅਤੇ ਮੁਸਲਿਮ ਲੀਗ ਨੇ ਮੰਗੀ ਸੀ। ਸੋ ਬੇਸਿਕਲੀ ਕੀ ਹੈ, ਇਹ ਦੇਸ਼ ਨੂੰ ਡਿਵਾਈਡ ਇਹਨਾਂ ਨੇ ਆਲਰੇਡੀ ਕਰਤਾ,
ਹੁਣ ਇਹ ਫਰਦਰ ਦੇਸ਼ ਨੂੰ ਡਿਵਾਈਡ ਕਰ ਰਹੇ ਆ ਤੇ ਜਿਹੜੀਆਂ ਮਾਈਨੋਰਿਟੀਜ਼ ਨੇ ਜਿਹੜਾ ਸਿਆਸਤ ਤੁਸੀਂ ਦੋਨੋਂ ਪਾਕਿਸਤਾਨ ਦੇ ਨਾਂ ਤੇ ਕਰਦੇ ਹੋ ਨਾ ਇਹ ਕਰ ਰਹੇ ਆ ਜੀ ਮੰਨ ਲਈ ਚ ਉਹਨਾਂ ਦੀ ਮੰਨ ਲਈ ਇਹ ਇਹ ਕਰ ਰਹੇ ਜੀ ਅਸੀਂ ਤੇ ਪਾਕਿਸਤਾਨ ਵਾਲਾ ਸਿਧਾਂਤ ਹੈ ਇਹ ਨਹੀਂ ਨਹੀਂ ਅਸੀਂ ਨਹੀਂ ਇਹ ਕਰ ਰਹੇ ਆ ਜੀ ਹਰੇਕ ਚੀਜ਼ ਤੇ ਤੁਸੀਂ ਅੱਜ ਰਵੀ ਸ਼ੰਕਰ ਜੀ ਦਾ ਬਿਆਨ ਸੁਣ ਲਓ ਉਹਨਾਂ ਨੇ ਵੀ ਪਾਕਿਸਤਾਨ 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 ਵੀ ਮਹਾਰਾਜ ਧਰਨੇ ਤੇ ਤਾਂ ਹਿੰਦੁਸਤਾਨ 'ਚ ਬੈਠੇ ਹੈ ਪਾਕਿਸਤਾਨ 'ਚ ਕੋਈ CAA ਦੇ ਧਰਨੇ ਤੇ ਬੈਠਾ ਹੈ ਨਹੀਂ ਬੈਠਾ ਨਾ ਜੀ ਤਾਂ ਲੋਕਾਂ ਨੇ ਜਿਹਨਾਂ ਨੇ ਚੁਣ ਕੇ ਤੁਹਾਨੂੰ ਭੇਜਿਆ ਉਹ ਧਰਨੇ ਤੇ ਬੈਠੇ ਹੈ ਤੁਸੀਂ ਪਾਕਿਸਤਾਨ ਇੰਟਰਨੈਸ਼ਨਲ ਪਾਕਿਸਤਾਨ ਇੰਟਰਨੈਸ਼ਨਲ ਜੀ ਤਰ੍ਹਾਂ ਇਹ ਵੱਡੀਆਂ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਬੋਲੀ ਕਿਹੜੀ ਬੋਲਦੀ ਪਈ ਹੈ ਪਾਕਿਸਤਾਨ ਦੀ ਬੋਲੀ ਹੈ ਜਾਂ ਭਾਰਤ ਦੀ ਬੋਲੀ ਹੈ ਜਿਹੜੀ ਵੱਡੀਆਂ ਧਿਰਾਂ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਉਹ ਇਲੈਕਟਰਲ ਪੋਲੀਟਿਕਸ ਦੇ ਰਿਪ੍ਰੈਜੈਂਟੇਟਿਵ ਡੈਮੋਕ੍ਰੇਸੀ ਦੇ ਵਿੱਚ ਜਿੱਤ ਕੇ ਆਈਆਂ ਹੋਈਆਂ ਨੇ ਪਰ ਅਸਲ 'ਚ ਇਹਨਾਂ ਨੂੰ ਇਹ ਕਹਿ ਦੇਣਾ ਵੱਡੀਆਂ ਧਿਰਾਂ ਨੇ ਉਹ ਸ਼ਾਇਦ ਉਨਾ ਠੀਕ ਨਹੀਂ ਹੋਏਗਾ ਕੀ ਕਹਾਂ ਉਹਦੇ ਬਹੁਤ ਸਾਰੇ ਸਵਾਲ ਹੋ ਸਕਦੇ ਨੇ ਇਸ ਕਰਕੇ ਤੁਸੀਂ ਵੇਖੋਗੇ ਕਿ ਇੱਕ ਪਾਸੇ ਜਦੋਂ ਪ੍ਰਸਤਾਵ ਪਾਸ ਕਰ ਰਹੀ ਹੈ ਕਾਂਗਰਸ ਉਦੋਂ ਫੀਲਡ ਦੇ ਵਿੱਚ ਆ ਕੇ ਨਹੀਂ ਕਰ ਰਹੀ ਪਰ ਦੂਜੇ ਪਾਸੇ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਸ਼ੁਰੂ 'ਚ ਕਿਹਾ ਡਿਸਕਲੇਮਰ ਦਿੰਦੇ ਹੋ ਹੈ ਕਿ ਗੱਲ ਕਿਵੇਂ ਹੋਵੇ ਜਿਹੜੀ ਸਾਡੀ ਰਿਪ੍ਰੈਜੈਂਟੇਟਿਵ ਡੈਮੋਕ੍ਰੇਸੀ ਹੈ ਉਹਦੇ ਵਿੱਚ ਜਨਤਾ ਦੀ ਆਵਾਜ਼ ਨੂੰ ਰਾਜ ਸਭਾ ਅਤੇ ਲੋਕ ਸਭਾ ਪਰਿਭਾਸ਼ਿਤ ਕਰਦੀ ਹੈ ਉਸੇ ਤਰ੍ਹਾਂ ਵਿਧਾਨ ਸਭਾ ਵੀ ਕਰਦੀ ਹੈ ਇਸ ਕਰਕੇ ਉਹ ਪ੍ਰਸਤਾਵ ਨੂੰ ਇਹ ਕਹਿ ਦੇਣਾ ਕਿ ਇਹ ਥੋੜ੍ਹੇ ਜਿਹੇ ਲੋਕ ਕਰਦੇ ਨੇ ਉਹ ਦੱਸਦਾ ਕਿ ਕਿੰਨੇ ਵਿਧਾਨ ਸਭਾ ਦੇ ਹੋ ਰਹੇ ਅਤੇ ਕਿੰਨੇ ਲੋਕ ਨੇ ਉਹਦੇ 'ਚ ਇੱਕ ਗੱਲ ਹੁਣ CAA ਦੇ ਵਿੱਚ ਦਿੱਕਤ ਕੀ ਹੈ ਤੁਸੀਂ ਕਿਹਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਗਰੇਵਾਲ ਸਾਹਿਬ ਨੇ ਕਿਹਾ ਗੁੰਮਰਾਹ ਕੀਤਾ ਜਾ ਰਿਹਾ ਤੇ ਠੀਕ ਠੀਕ ਗੱਲ ਕਰ ਲਈ ਜਾਵੇ ਤੇ ਪਤਾ ਲੱਗ ਜਾਏਗਾ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏਗਾ ਗੁੰਮਰਾਹ ਕਰਨ ਦੀ ਗੱਲ ਹੈ ਕਿ ਕੋਈ ਖਤਰਾ ਹੈ ਦੇਸ਼ ਦੇ ਵਿੱਚ ਜਦੋਂ CAA ਲੈ ਬਣਾਇਆ ਗਿਆ ਉਹ ਇਹ ਕਹਿੰਦਾ ਹੈ ਕਿ ਇਸ ਦੇਸ਼ ਦੇ ਵਿੱਚ ਤਿੰਨ ਦੇਸ਼ਾਂ ਤੋਂ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਤੋਂ ਜਿਹੜੇ 6 ਧਰਮਾਂ ਦੇ ਲੋਕ ਆਏ ਨੇ ਉਹਨਾਂ ਨੂੰ ਇਲੀਗਲ ਮਾਈਗ੍ਰੈਂਟ ਨਹੀਂ ਮੰਨਿਆ ਜਾਏਗਾ ਅਤੇ ਫਰਦਰ ਇਹ ਵੀ ਕਹਿੰਦਾ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਜਾਏਗੀ ਇਹ ਉਹ ਗੱਲ ਕਰਦਾ ਇਹਦਾ ਮਤਲਬ ਹੈ ਕਿ ਉਹ ਧਰਮ ਦੇ ਆਧਾਰ 'ਤੇ ਸਿਟੀਜ਼ਨਸ਼ਿਪ ਦੇਣ ਦੀ ਗੱਲ ਕਰ ਰਿਹਾ ਇਲੀਗਲ ਮਾਈਗ੍ਰੈਂਟਸ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਘੁਸਪੇਠੀਏ ਨੇ ਉਹ ਘੁਸਪੇਠੀਆਂ ਦੇ 'ਚੋਂ ਚੁਣ ਕੇ ਧਰਮ ਦੇ ਆਧਾਰ 'ਤੇ ਚੁਣ ਕੇ ਕਹਿੰਦਾ ਕਿ ਇਹ ਇਲੀਗਲ ਮਾਈਗ੍ਰੈਂਟ ਨਹੀਂ ਹੋਣਗੇ ਤਾਂ ਸਿਟੀਜ਼ਨ ਬਣ ਜਾਣਗੇ ਪਰ ਮੁਸਲਿਮ ਧਰਮ ਦੇ ਲੋਕਾਂ ਨੂੰ ਉਹਦੇ ਵਿੱਚੋਂ ਬਾਹਰ ਕਰ ਦਿੰਦਾ ਹੁਣ ਇਹਨਾਂ ਨੇ ਕਿਹਾ ਕਿ ਇੱਕ ਜੀ ਡਿਸਕ੍ਰਿਮੀਨੇਸ਼ਨ ਹੈ ਰੀਜ਼ਨੇਬਲ ਕਿਉਂਕਿ ਜਿਹੜੇ ਉੱਥੇ ਜਿਨ੍ਹਾਂ ਨਾਲ ਬੜਾ ਵਿਤਕਰਾ ਹੋਇਆ ਜਿਨ੍ਹਾਂ ਨਾਲ ਧੱਕਾ ਹੋਇਆ ਪ੍ਰੋਸੀਕਿਊਟਿਡ ਸੀਗੇ ਇਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਦਿੱਤਾ ਪੂਰੇ ਐਕਟ ਦੇ ਵਿੱਚ ਪੂਰੀ ਅਮੈਂਡਮੈਂਟ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਰਿਲੀਜੀਅਸਲੀ ਪ੍ਰੋਸੀਕਿਊਟਿਡ ਹੋਣਗੇ ਇਹ ਲਿਖਿਆ ਨਹੀਂ ਹੈਗਾ ਕਿਸੇ ਨੂੰ ਇਸ ਕਰਕੇ ਪ੍ਰੂਵ ਵੀ ਨਹੀਂ ਕਰਨਾ ਪਏਗਾ ਸੋ ਕਲੀਅਰ ਕੱਟ ਜਿਹੜਾ ਇਸ ਦੇਸ਼ ਦਾ ਵਿਚਾਰ ਸੀਗਾ ਸੈਕੂਲਰਿਜ਼ਮ ਦਾ ਜਿਹੜਾ ਦੇਸ਼ ਦਾ ਸੰਵਿਧਾਨ ਦੀ ਧਾਰਾ 14 ਇਹ ਕਹਿੰਦੀ ਹੈ ਇਸ ਦੇਸ਼ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਨਾਗਰਿਕ ਨਹੀਂ ਹਰ ਪਰਸਨ ਬਰਾਬਰ ਹੋਏਗਾ ਉਹਦੇ ਨਾਲ ਕੋਈ ਗੈਰ ਬਰਾਬਰੀ ਨਹੀਂ ਕੀਤੀ ਜਾਏਗੀ ਇਸ ਕਾਨੂੰਨ ਰਾਹੀਂ ਉਹਨਾਂ ਨਾਲ ਸਿੱਧੇ ਸਿੱਧੇ ਗੈਰ ਬਰਾਬਰੀ ਕੀਤੀ ਗਈ ਹੈ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਲੜਨ ਵਾਲੇ ਲੋਕਾਂ ਦਾ ਸੰਵਿਧਾਨ ਦਾ ਸੰਵਿਧਾਨ ਬਣਾਉਣ ਵਾਲੇ ਲੋਕਾਂ ਦਾ ਜਿਹੜਾ ਵਿਚਾਰ ਸੀ ਕਿ ਦੇਸ਼ ਸਾਰਿਆਂ ਦਾ ਸਾਂਝਾ ਹੋਏਗਾ ਸੈਕੂਲਰ ਹੋਏਗਾ ਉਸ ਵਿਚਾਰ 'ਤੇ ਹਮਲਾ ਕੀਤਾ ਗਿਆ ਹੈ ਇਹ ਇਸ ਕਰਕੇ ਲੋਕ ਗੁੰਮਰਾਹ ਨਹੀਂ ਹੋ ਰਹੇ ਲੋਕ ਬਹੁਤ ਵਾਜਿਬ ਗੱਲ ਉਠਾ ਰਹੇ ਨੇ ਕਿ ਸਾਡੇ ਦੇਸ਼ ਦਾ ਸੁਪਨਾ ਜਿਹੜਾ ਅਸੀਂ ਆਜ਼ਾਦੀ ਦੇ ਦੌਰਾਨ ਲੜੇ ਸੀ ਜਿਹੜਾ ਸੰਵਿਧਾਨ ਦੇ ਵਿੱਚ ਅਸੀਂ ਪੈਦਾ ਸਿਰਜਿਆ ਸੀ ਉਹ ਇਹ ਹੈ ਜਿਹਦੇ ਹਮਲਾ ਕਰ ਰਹੀ ਹੈ ਹੁਣ ਹਮਲਾ ਇਹ ਕਿਉਂ ਕਰ ਰਹੇ ਨੇ ਇਹਦੀ ਵਜ੍ਹਾ ਦੋ ਵਜ੍ਹਾ ਇਹਦੀ ਹੈਗੀ ਇੱਕ ਉਹ ਸੁਪਨੇ ਦੇ ਕਦੇ ਵੀ ਵਾਹਕ ਨਹੀਂ ਰਹੇ ਉਹ ਸਾਂਝੇ ਇੰਡੀਆ ਦੇ ਵਿਚਾਰ ਦੇ ਵਾਹਕ ਨਹੀਂ ਰਹੇ ਸਾਥੀ ਨਹੀਂ ਰਹੇ ਇਹਨਾਂ ਨੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਧਰਮ ਦੇ ਆਧਾਰ 'ਤੇ ਦੇਸ਼ ਬਣਾਉਣ ਦੀ ਗੱਲ ਕੀਤੀ ਹੁਣ ਵੀ ਧਰਮ ਦੇ ਆਧਾਰ 'ਤੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਕੇ ਸੱਤਾ ਦੇ ਵਿੱਚ ਬਣੇ ਰਹਿਣ ਦਾ ਜਿਹੜਾ ਪੋਲਰਾਈਜ਼ ਕਰਨ ਦਾ ਇਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੇਸ਼ ਦੀ ਜਨਤਾ ਇਹਨਾਂ ਨੂੰ ਦੱਸ ਰਹੀ ਹੈ ਸਾਨੂੰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਇਹ ਮਾਮਲਾ ਠੰਡਾ ਪੈ ਜਾਊਗਾ ਮੈਨੂੰ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਨਹੀਂ ਪਏਗਾ ਕਿਉਂਕਿ ਜਿਹੜੀ ਲੜਨ ਵਾਲੀ ਮਿਸਟਰ ਕੇਜਰੀਵਾਲ ਇਹ ਗੱਲ ਕਹਿ ਰਹੇ ਹੈ ਕਿ ਸ਼ਾਹੀਨ ਬਾਗ ਦਾ ਰਸਤਾ ਇਹ ਨਹੀਂ ਖੁੱਲਣ ਦੇ ਰਹੇਗੇ 8 ਫਰਵਰੀ ਤੋਂ ਬਾਅਦ ਖੁੱਲ ਜਾਊਗਾ ਕੇਜਰੀਵਾਲ ਕੀ ਕਹਿ ਰਿਹਾ ਕਾਂਗਰਸ ਕੀ ਕਹਿ ਰਿਹਾ ਉਹਨਾਂ ਬਾਰੇ ਵੀ ਲੋਕਾਂ ਨੂੰ ਚਰਚਾ ਕਰ ਲੈਣੀ ਚਾਹੀਦੀ ਹੈ ਕਿ ਜਦੋਂ ਦੇਸ਼ ਦੇ ਸੰਕਟ ਹੈ ਉਦੋਂ ਸਿੱਧੀ ਪੋਜੀਸ਼ਨ ਕਿਉਂ ਨਹੀਂ ਲੈਂਦੇ ਪੋਜੀਸ਼ਨ ਇਹ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਅਤੇ ਉਹਦੀ ਪੂਰੀ ਪੋਲਿਸੀ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡ ਕੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਹੀ ਹੈ ਉਹਦੇ ਖਿਲਾਫ਼ ਨਿਆਂ ਪਸੰਦ ਲੋਕ ਲਗਾਤਾਰ ਲੜ ਰਹੇ ਨੇ ਲੜਦੇ ਰਹਿਣਗੇ ਉਹਨਾਂ ਦੀ ਲੜਾਈ ਨਿਆਂ ਵਾਸਤੇ ਚੁਣਾਵ ਜਿਹੜੀ ਚੁਣਾਵ ਤੱਕ ਮਹਦੂਦ ਨਹੀਂ ਕੀਤੀ ਜਾ ਸਕਦੀ ਉਹ ਲਗਾਤਾਰ ਜਾਰੀ ਰਹੇਗੀ ਜਾਰੀ ਰਹਿਣਾ ਚਾਹੀਦਾ ਲੋਕਾਂ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਵੀ ਸਵਾਲ ਖੜੇ ਹੋਣੇ ਚਾਹੀਦੇ ਜੋ ਵੀ ਨਿਆਂ ਦੀ ਲੜਾਈ ਦੇ ਨਾਲ ਨਹੀਂ ਖੜਾ ਉਹ ਕਹਿੰਦੇ ਖੜੇ ਆ ਉਹ ਖੜੇ ਹਨ ਤੇ ਬਿਲਕੁਲ ਉਹਨੂੰ ਲੋਕ ਵਿਜੁਅਲਾਈਜ਼ ਕਰਨਗੇ ਦੇਖੋ ਕਹਿੰਦੇ ਤਾਂ ਭਾਰਤੀ ਜਨਤਾ ਪਾਰਟੀ ਵੀ ਹੈ ਕਿ ਅਸੀਂ ਨਿਆਂ ਕਰ ਰਹੇ ਹਾਂ ਮੈਂ ਕਹਿ ਰਿਹਾ ਲੋਕ ਬਹੁਤ ਸਪੈਸੀਫਿਕ ਗੱਲਾਂ ਤੇ ਬਿਲਕੁਲ ਸਾਫ਼ ਦ੍ਰਿਸ਼ਟੀਕੋਣ ਰੱਖ ਕੇ ਹਰ ਵਿਅਕਤੀ ਨੂੰ ਜੱਜ ਕਰਨ ਮੈਂ ਜੋ ਬੋਲ ਰਿਹਾ ਮੇਰੀ ਗੱਲ ਨੂੰ ਵੀ ਲੋਕ ਜੱਜ ਕਰਨ
लोग ता ही न्याय दे नाल खड़े हो सकणगे। ठीक है, हर बंदे नूं उधर खड़े होना चाहिए। छोटा ब्रेक लेने, ब्रेक तो वापस आवांगे। सीए ते देश तो लैके विदेश तक सियासत भी हो रही है, मुजाहरे भी हो रहे हैं, तो साडा सवाल यह हैगा कि सीए ते कैड़ी कंपेन चलाई जा रही है जिस विच भारत सरकार वार बार ये गल कहती है साडा अंदरूनी मसला है, पर जिहड़े अंदरूनी इत्थे बैठे हैगे आ उह विरोध यह खड़ा करदे आ कि साडे संविधान नूं खतरा हैगा। ब्रेक तो वापस आके सारे सवाल होणगे। जरूर सवाल एक पुछे, देश तो विदेश तक सीए ते उठ रहे सवालों का भारत सरकार कोल की जवाब है? डॉक्टर सवाल यह हैगा कि विदेश की धरती से जो मुजाहरे हो रहे हैं जां मामला ईयू तक पहुँच गया है, इस सुन किस तरीके सुन जाए भारत कहता साडा अंदरूनी मसला, इस ते किसी नूं दखलअंदाजी करन दा कोई हक नहीं। देखो पहली गल तो यह है भी अंदरूनी उन्ना चिर रहिंदा जब घर के अंदर लड़ाई हो, जब घर तो बाहर निकलनी शुरू हो जाए फिर वो अंदर नहीं रहिंदी, अंदरूनी नहीं रहिंदी। ये जब रोज़ यह कहा जाना भी पाकिस्तान भेज दो, ये पाकिस्तान चले जाण, ये पाकिस्तान के एजेंट ने, ये फिर अंदरूनी नहीं रहेगी ना, फिर तो तुम बाहर देश में दोषी करार दे रहे हो। ईयू दी पार्लीमेंट पिछे पाकिस्तान है, मैं आना, मैं आ रहा हूँ, तुम आए ना पूरा। सो इस करके पहली गल तो यह हो गया, जब उत्थे चला गया तो आप ही विदेश चलेगा। जे जिहड़ी इंटरनेशनल कोर्ट ने जब कहा भी ये गलत है तो भी यह इंटरनेशनल बन गया। जिहड़ी यूरोपियन यूनियन है, यूरोपियन यूनियन भी ह्यूमन राइट्स की तो पूरे दुनिया च अज गल हो रही है ना, वो किन्ना क मेनटेन करते हैं, किन्ना क नहीं करते, किन्ना किसी तो हुंदा है किसी मुल्क तो वक्री गल है। सो अज संसार चुप नहीं रह सकता जे एक देश दे विच जिहड़े ह्यूमन राइट ने, बेसिक ह्यूमन राइट वो कर्ब हो रहे हैं, सिटीजन होना किसी देश का ये सब तो पहला अधिकार है। जे कोई बंदा विदेश ही है जिहदा देश ही कोई नहीं, उन्होंने बाकी राइट्स की तो गल ही खत्म हो जाती है ना। एक दूजी गल जिथों तक सवाल है भी ये कहना बड़ा सौखा है भी लोग गुमराह करे जा रहे हैं जी, इन्हों गुमराह कर रहे हैं जी, फलाने झंडे का कुछ नहीं रहा जी, फलानी कांग्रेस हो गई जी, फलानी भी है जेड़ा ताकतवर, जी ताकतवर धिर है इन्हें ये कहता, ये लिख के क्यों नहीं कह देंगे भी असी NRC खत्म करता। इन्हों 2003 के वाजपाई साहब की सरकार, BJP की सरकार, क्योंकि पॉलिसी अज की नहीं चल रही, ये लगातार चल रही है। इन्होंने उदों एक तो सिटीजन एक्ट च अमेंडमेंट करी, उत्थे लाता इलीगल माइग्रेंट, उहदे शब्द पाते। दूजा उन्होंने लियाता रूलों के भी पहला NPR बनेगा, NPR तो डाटा चुके NRC बनेगा, NRC दे विच जे वह डाटा नहीं मिलता NPR के खाने निशान लाया जाएगा, उन्होंने नोटिस जारी कराया जाएगा। जे वह संबंधित अधिकारी तसली नहीं करा सकेगा उसकी नागरिकता रद्द करके उन्होंने दूजे पासे पा दिता जाएगा, जिन्ना चिर सबूत नहीं दिंदा। अगली जिहड़ी हैगी उहदे लिखे नागरिकता की रहू जिन्हें अधिकारी सैटिस्फाई नहीं करिया, कहना मिलूगी ने, जिन्हें दोबारा सैटिस्फाई करता उन्होंने मिल जूगी। सो नागरिकता ये तो कह रहे हैं, गुमराह ये कर रहे हैं किवें भी, ये तो जो नागरिकता देने का कानून है खोन का तो है ही नहीं। बई तुसी ये किथे करदे हो कि नाल NRC जब तुसी कर रहे हो, आसाम दे विच तुसी करिया है, तुसी नागरिकता देने की गल तो है ही नहीं, तुसी सब दी नागरिकता दी सर्टिफिकेट मांगदे हो भी तू प्रूव कर भी तू इत्थों दा नागरिक है, पहली गल। दूजी गल संविधान दे उल्ट तां है कि 26 जनवरी 1950 तक तो उन्होंने मान लिया भी सारे नागरिक ने जिहड़े इत्थे रहिंदे ने जां जिहड़े इदां है उन्होंने भी इन्होंने प्रूव करना है। तीजी गल मैं छोटी छोटी गल करके मैं बहुत ही वो नहीं, तुसी कहिंदे दर्शकां नूं गल समझ नहीं आउंदी भी गल दी मैं गल करदा। इस तो अगे जिहड़ा ये कहिंदे ने कि जी ये नागरिकता देने वास्ते भी हर चीज़ का एक मूल आधार है। जब 1947 वंड हुई, नो डाउट के धर्म के नाते वंड हुई, उस बहुत सारिया शक्तियों की भूमिका है जिहड़ी भी है वो वक्री है, पर भारत जिहड़ा देश है उन्हें फैसला कर लिया धर्म के आधार पर राज नहीं बनना, पाकिस्तान बन गया। वो जिहड़ा धर्म के राज के आधार पर राज नहीं बनना वो संविधान के विच लिखिया, उहदे विच लिखिया जो गुरद्वारा साहब ने बड़े स्पष्ट किया Article 14 बिल्कुल एनी परसन कोई भी बंदा चाहे वो इसों दा नागरिक नहीं भी, कई बार इंटरप्रेटर लोगों को गुमराह किवें करदे, नहीं जी इह तां सारी ना इन्हां वकील कहिंदे रहे ने नहीं जी परसन ते नागरिक च की फर्क है। हुण जद ये गुमराह करना, जद एक कानून नूं, जद एक संविधान नूं, एक आइन नूं कोई बंदा कहिंदा भी परसन ते नागरिक च कोई फर्क नहीं, होवे भी वो लॉ दा एक्सपर्ट ते फिर गुमराह कौन कर रिहा, ये फैसला। तीजी गल बस लास्ट कहूँगा मैं, इन्होंने बनाया क्यों, मैं तां कहना भी ये गुमराह किवें कर रहे ने। इन्होंने पहला कहता भी इतने तो जी 3 करोड़ जो मुसलमान है घुस बैठी है पाकिस्तान, इतने बंगलादेश और ना बंगाल और आसाम के बंगलादेश तो, फिर इन्होंने देखा फिर इन्होंने रजिस्टर वो करानी शुरू करती NRC जो निकलिया 19 लाख, पहली गल तो उही झूठ प्रूव होगा, वो 19 लाख जगह 13 लाख हिंदू निकलिया, लख कोई होर दूजिया जातां 1600 करोड़ रुपया खर्च करी ਵਿੱਚ ਨਹੀਂ ਕਾਕਾ ਬੋਲੀ ਦਾ ਹੁੰਦਾ, ਤੁਹਾਨੂੰ ਨੌਲੇਜ ਹੈ ਕੋਈ ਗੱਲ ਨਹੀਂ। ਤੇ
सिर्फ 5 लाख मुसलमान निकलिया। हुण इन्हां ने सोचा भी इहदा की करिए, वह कहिंदे इन्हां नूं नागरिकता दिओ, नहीं रौला पऊ। असां भी रौला यह पाउंदे ने भी साडी तां जमीन खोह लैणगे, साडा तां व्यापार खोह लैणगे, साडी रोजी रोटी खोह लैणगे, इन्हां नूं उरे बसा दोगे तुसीं। तुसीं आपदे मुड़ गुमराह करन दा अगला लफ्ज़ जिहड़ा ਤੁਸੀਂ ਜੇ ਕਿਸੇ ਨੂੰ ਦੇਣੀ ਹੈ ਨਾਗਰਿਕਤਾ ਦੇ ਦਿਓ, ਜਿਹਨੂੰ ਦੇਣੀ ਹੈ ਦੇ ਦਿਓ, ਜਿਹਨੂੰ ਨਹੀਂ ਦੇਣੀ ਨਾ ਦੇ ਦਿਓ। ਧਰਮ ਦਾ ਆਧਾਰ ਜਿਹੜਾ ਕੌਨਸਟੀਟਿਊਸ਼ਨ ਨੇ ਨਹੀਂ ਮੰਨਿਆ, ਕੌਨਸਟੀਟਿਊਂਟ ਅਸੈਂਬਲੀ ਨੇ ਨਹੀਂ ਮੰਨਿਆ, ਸਾਡੀ ਆਜ਼ਾਦੀ ਦੀ ਲੜਾਈ ਨੇ ਨਹੀਂ ਮੰਨਿਆ, ਉਹ ਤੁਸੀਂ ਆਪਦਾ ਧੱਕੇ ਨਾਲ, ਕਿਉਂਕਿ ਤੁਹਾਨੂੰ ਕੀ ਦਿੱਤਾ ਹੈ, ਤੁਹਾਨੂੰ ਲੋਕਾਂ ਨੇ ਚੁਣ ਕੇ, ਜਿਵੇਂ ਗਦਾਰਾ ਸਾਹਿਬ ਨੇ ਕਿਹਾ ਹੈ, ਤੁਹਾਨੂੰ ਚੁਣ ਕੇ 5 ਸਾਲ ਰਾਜ ਕਰਨ ਵਾਸਤੇ, ਇਹ ਪ੍ਰਬੰਧ ਕਰਨ, ਤੁਹਾਨੂੰ ਪ੍ਰਬੰਧ ਕਰਾਇਆ, ਤੁਹਾਨੂੰ ਮਾਲਕ ਨਹੀਂ ਬਣਾਇਆ, ਤੁਸੀਂ ਮਾਲਕ ਬਣ ਕੇ ਬਹਿ ਗਏ। ਬਹੁਤ ਤਰੀਕੇ ਨਾਲ ਤੁਸੀਂ ਸਮਝਾਇਆ ਕਰਵਲ ਸਾਹਿਬ, ਸਵਾਲ ਬੜਾ ਸਧਾਰਨ ਹੈਗਾ। ਇਹ ਸਵਾਲ ਤੁਹਾਡੇ ਅੱਗੇ ਪਤਾ ਨਹੀਂ ਕਿੰਨੇ ਵਾਰੀ ਆਇਆ, ਮੈਨੂੰ ਨਹੀਂ ਪਤਾ ਹੈਗਾ, ਪਰ ਅੱਜ ਜ਼ਰੂਰ ਇਹ ਉੱਠ ਰਿਹਾ ਹੈਗਾ ਸਵਾਲ, ਤੁਸੀਂ ਵੋਟਾਂ ਹੀ ਦੁਬਾਰਾ ਕਰਵਾ ਲਓ ਭਾਰਤ 'ਚ। ਕਿਉਂ ਕਰਾ ਲਈਏ ਜੀ? ਤੁਸੀਂ ਨਾਗਰਿਕਤਾ 'ਤੇ ਸ਼ੱਕ ਪ੍ਰਗਟ ਕੀਤਾ ਸਾਰਿਆਂ 'ਤੇ, ਉਹ ਨਾਗਰਿਕ ਨਹੀਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ। ਮੈਂ ਦੱਸ ਦਿੰਦਾ ਬੋਲੋ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ। ਉਹਨਾਂ ਨੂੰ ਵੀ ਕੋਈ ਖਤਰਾ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਨੂੰ ਵੀ ਕੋਈ ਨਹੀਂ ਹੈ। ਖਤਰਾ ਇਹ ਚੰਦ ਲੋਕਾਂ ਨੂੰ ਆ ਜਿਹੜੇ 1000-2000 ਹੀ ਨੇ ਪੂਰੇ ਦੇਸ਼ 'ਚ, ਜ਼ਿਆਦਾ ਨਹੀਂ ਹੈਗੇ। ਬੁੱਧੀਜੀਵੀ ਵਰਗ ਨਾ ਇਹ ਆ, ਸਾਰੇ ਬੁੱਧੀਜੀਵੀ ਨੂੰ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਇਹ ਇੱਕ ਲਾਈਨ ਲੈ ਕੇ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਖਤਰਾ। ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਜਿਹੜੇ ਲੋਕ ਅਫਗਾਨਿਸਤਾਨ ਗਏ ਸੀ, ਜਿਹੜੇ ਸਿੱਖ ਗਏ ਸੀ, ਉਹ ਕਿਉਂ ਗਏ ਸੀ? ਉਹ ਇਸ ਲਈ ਨਹੀਂ ਗਏ ਸੀ ਕਿ ਉਹ ਅਫਗਾਨਿਸਤਾਨ ਜਾਣਾ ਚਾਹੁੰਦੇ ਸੀ। ਉਸ ਵੇਲੇ ਮਾਰਕਾਟ ਇੰਨੀ ਜ਼ਿਆਦਾ ਹੋ ਰਹੀ ਸੀ ਕਿ ਜਿਹੜੇ ਉੱਧਰ ਪਿਸ਼ਾਵਰ ਵਾਲੀ ਸਾਈਡ 'ਤੇ ਸੀ, ਉਹ 20-50 ਕਿਲੋਮੀਟਰ ਹੀ ਉਹਨਾਂ ਨੂੰ ਜਾਣਾ ਪੈਂਦਾ ਸੀ, ਉੱਥੇ ਜਾ ਕੇ ਵੱਸ ਕੇ। ਉਸ ਤੋਂ ਬਾਅਦ ਉਹਨਾਂ 'ਤੇ ਇੰਨੇ ਅੱਤਿਆਚਾਰ ਹੋਏ ਆ ਔਰ ਉਹਨਾਂ ਨੂੰ ਸ਼ਰਨਾਰਥੀ ਬਣ ਕੇ ਆਉਣਾ ਪਿਆ। ਹੁਣ ਜਿਹੜੇ ਸ਼ਰਨਾਰਥੀ ਨੇ ਉਹਨਾਂ ਨੂੰ ਤਾਂ ਇਹ ਘੁਸਪੈਠੀਏ ਕਹਿੰਦੇ ਆ, ਜਿਹੜੇ ਘੁਸਪੈਠੀਏ ਨੇ ਉਹਨਾਂ ਨੂੰ ਇਹ ਸ਼ਰਨਾਰਥੀ। ਮੈਨੂੰ ਇੱਕ ਚੀਜ਼ ਦੱਸ ਦਿਓ, ਜਿਹੜੇ ਪਹਿਲਾਂ ਅਫਗਾਨਿਸਤਾਨ ਤੋਂ ਇੱਥੇ ਸ਼ਰਨਾਰਥੀ ਪਹੁੰਚ ਚੁੱਕੇ ਆ, ਜਾਂ ਬੰਗਲਾਦੇਸ਼ ਤੋਂ ਆਏ ਆ, ਜਾਂ ਪਾਕਿਸਤਾਨ ਤੋਂ ਆਏ, ਜਾਂ ਕਿਤੋਂ ਵੀ ਆਏ ਆ, ਜਿਹਨਾਂ ਨੂੰ ਤੁਸੀਂ ਵਿੱਚੋਂ ਕਈਆਂ ਨੂੰ 500 ਕੁਛ ਤੁਸੀਂ ਅੰਕੜੇ ਦਿੰਦੇ ਹੋ ਕਿ ਉਹਨੂੰ ਨਾਗਰਿਕਤਾ ਵੀ ਦਿੱਤੀ ਹੈਗੀ ਆ, ਉਹਨੂੰ ਸ਼ਬਦ ਦੇ ਆਧਾਰ 'ਤੇ ਦਿੱਤੀ ਹੈ, ਕਿਉਂ ਨਾਗਰਿਕਤਾ ਦਿੱਤੀ ਹੈ? ਆਧਾਰ ਦਾ ਇਹ ਆ ਕਿ ਉਹਨਾਂ ਦੇ ਉੱਪਰ ਜ਼ੁਲਮ ਹੋਇਆ ਔਰ ਉਹ ਜਿਹੜੀ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਉਹਨਾਂ ਨੇ ਬਚਾ ਕੇ ਰੱਖਿਆ, ਉਹ ਹਿੰਦੁਸਤਾਨ 'ਚ ਉਹਨਾਂ ਨੇ ਆ ਕੇ ਦੱਸਿਆ ਸਾਡੇ 'ਤੇ ਜ਼ੁਲਮ ਹੋਇਆ? ਬਿਲਕੁਲ ਦੱਸਦੇ ਆ, ਤੁਸੀਂ ਖੁਦ ਜਾ ਕੇ ਆਪਦਾ ਮੀਡੀਆ ਭੇਜੋ, ਦੇਖ ਲਓ, ਮੈਂ ਤੁਹਾਨੂੰ ਮਿਲਵਾ ਦਿੰਦਾ ਸਾਰਿਆਂ ਨਾਲ, ਤੁਹਾਨੂੰ ਵੀ ਮਿਲਵਾ ਦਿੰਦਾ। ਉਹ ਤਸ਼ੱਦਦ ਦੀ ਵਜ੍ਹਾ ਕਰਕੇ ਉਹਨਾਂ ਨੂੰ ਤੁਸੀਂ ਖੁਦ ਆ ਕੇ ਇਹਨਾਂ ਲੋਕਾਂ ਨੂੰ ਕਹੋਗੇ ਸੋਧ ਕਾਨੂੰਨ ਦੇ ਵਿੱਚ ਇਹ ਗੱਲ ਤੁਸੀਂ ਫਿਰ ਕਿਉਂ ਨਹੀਂ ਲਿਖੀ ਤਸ਼ੱਦਦ ਵਾਲੇ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ? ਇਹ ਸਿਰਫ ਬਿਆਨਬਾਜ਼ੀ ਤੱਕ ਸੀਮਤ ਹੈ? ਇਸ ਤਰ੍ਹਾਂ ਬਿਆਨਬਾਜ਼ੀ ਤੱਕ ਕੋਈ ਸੀਮਤ ਨਹੀਂ ਹੈ, ਇਹਦੇ 'ਚ ਇਹ ਗੱਲਾਂ ਲਿਖਣ ਦੀ ਜ਼ਰੂਰਤ ਨਹੀਂ ਸੀ। ਇਹ ਜਿਹੜੇ ਲੋਕ ਆਏ ਹੋਏ ਆ ਉਸ ਟਾਈਮ ਦੇ, ਉਹਨਾਂ ਨੂੰ ਉੱਥੋਂ ਜਿਹੜੇ ਪ੍ਰਤਾੜਿਤ ਹੋ ਕੇ ਆਏ ਆ, ਮੁਸਲਮਾਨ ਨਹੀਂ ਕੋਈ ਆਇਆ, ਉਹ ਹਿੰਦੂ ਸਿੱਖ ਹੀ ਆਏ ਨੇ। ਮੈਂ ਇੱਕ ਸਵਾਲ ਹੋਰ ਰਹਿਣਾ ਗਰਵਲ ਸਾਹਿਬ, ਮੈਨੂੰ ਇਹ ਸਵਾਲ ਜਵਾਬ ਦਿਓ, ਇਸ ਤੋਂ ਪਹਿਲਾਂ ਜਿੰਨੀਆਂ ਸੋਧਾਂ ਇਸ ਕਾਨੂੰਨ ਦੇ ਵਿੱਚ ਹੋਈਆਂ ਸੀ ਉਸ ਮੁਤਾਬਕ ਕੀ ਤੁਸੀਂ ਹੋਣ ਵਾਲੇ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਦੇ ਸਕਦੇ ਸੀ? ਉਹ ਕਾਨੂੰਨ ਵਿੱਚ ਕੋਈ ਅੜਿੱਕਾ ਸੀ? ਸਿਰਫ ਸਾਲਾਂ ਨੂੰ ਛੱਡ ਦਿਓ, ਗਲਤਾਂ ਸੁਣ ਲਓ, ਉਹ ਲੋਕ ਆਏ ਉਹ ਹੋਏ ਆ ਜਿਹੜੇ ਜੈਨੂਨ ਸ਼ਰਨਾਰਥੀ ਨੇ। ਸਰ ਮੈਂ ਤਾਂ ਗਰਵਲ ਸਾਹਿਬ ਮੈਂ ਇਹਦਾ ਸਵਾਲ ਤਿੰਨ ਮੁਲਕਾਂ ਦੀ ਗੱਲ ਹੈ ਜੀ, ਗਰਵਲ ਸਾਹਿਬ ਮੈਂ ਇਹਦਾ ਸਵਾਲ ਪੂਰੀ ਦੁਨੀਆ ਵਾਸਤੇ ਨਹੀਂ ਆਏ ਗੱਲ, ਸਾਡਾ ਕਾਨੂੰਨ ਇਸ ਤੋਂ ਪਹਿਲਾਂ ਅੜਿੱਕਾ ਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ। ਇਹ ਤਾਂ ਉਹ ਗੱਲ ਕਰਦੇ ਆ ਜਿਹੜੀ ਪਾਕਿਸਤਾਨ ਨੂੰ ਕਰਨੀ ਚਾਹੀਦੀ ਹੈ, ਉਹੀ ਗੱਲ ਬੋਲਦੇ ਆ। ਸਰ ਦੋ ਬਾਤਾਂ ਮੈਂ ਕਹਿਣਾ ਚਾਹਤਾ ਹੂੰ, ਇੱਕ ਤਾਂ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਉਹ ਘੁਸਪੈਠੀ ਨਜ਼ਰ ਆਉਂਦੇ ਨੇ, ਉਹ ਆਉਂਦੇ ਨਹੀਂ, ਸਾਨੂੰ ਨਹੀਂ ਆਉਂਦੇ। 2003 ਦੀ ਸਰਕਾਰ ਕਿਹਦੀ ਸੀ? ਇਲੀਗਲ ਮਾਈਗ੍ਰੈਂਟਸ ਜਿਹੜੇ ਵੀ ਬਾਹਰੋਂ ਆਏ, ਸਾਰੇ ਧਰਮਾਂ ਦੇ ਲੋਕ, ਉਹਨਾਂ ਨੂੰ ਕਿਹਨਾਂ ਨੇ ਕਿਹਾ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। 2015 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਨੇ ਕਿਹਾ ਹਿੰਦੂ, ਸਿੱਖ, ਜੈਨ, ਬੌਧ, ਈਸਾਈ ਔਰ ਪਾਰਸੀ ਜਿਹੜੇ 3 ਦੇਸ਼ਾਂ ਤੋਂ ਆਏ ਨੇ ਉਹਨਾਂ ਨੂੰ ਇਲੀਗਲ ਮਾਈਗ੍ਰੈਂਟ ਹੋਣ ਤੋਂ ਐਗਜ਼ੈਂਪਸ਼ਨ ਦੇ ਰਹੇ ਹਾਂ। ਜੇ ਉਹ ਇਲੀਗਲ ਮਾਈਗ੍ਰੈਂਟ ਦਾ ਮਤਲਬ ਘੁਸਪੈਠੀਆ, ਇਹਨਾਂ ਨੂੰ ਘੁਸਪੈਠੀਆ ਨਾ ਕਿਹਨੇ ਦਿੱਤਾ ਸੀ? ਇਹਨਾਂ ਨੇ ਕਿਹਾ ਨਾ, ਇਹਨਾਂ ਨੇ ਰੇਖਾਂਕਿਤ ਕੀਤਾ, ਇਹਨਾਂ ਨੇ ਕਿੱਥੇ ਕਿਹਾ ਕਿ ਉਹ ਰਿਫਿਊਜੀਜ਼ ਨੇ? ਕਿਤੇ ਨਹੀਂ ਕਿਹਾ, ਕਾਨੂੰਨ ਦੇ ਵਿੱਚ ਨਹੀਂ ਕਿਹਾ। ਅਚਾਨਕ ਇਹ ਕਹਿ ਦੇਣਾ ਕਿ ਜੀ ਪਾਕਿਸਤਾਨ ਤੋਂ ਇਹਨਾਂ ਦੇਸ਼ਾਂ 'ਚੋਂ ਕੋਈ ਪ੍ਰੋਸੀਕਿਊਟਿਡ ਨਹੀਂ ਆਇਆ, ਪ੍ਰੋਸੀਕਿਊਟਿਡ ਇਹ ਹੁੰਦਾ ਕਿ ਜਿਹਨੂੰ ਪ੍ਰਤਾੜਨਾ ਹੋਈ ਹੋਵੇ। ਅਹਿਮਦੀਆਜ਼ ਨੂੰ ਕਿਉਂ ਨਹੀਂ ਹੋਈ ਹੋ ਸਕਦੀ? ਬਾਕੀ ਲੋਕਾਂ ਨੂੰ ਕਿਉਂ ਨਹੀਂ ਹੋਈ ਹੋ ਸਕਦੀ? ਫਿਰ ਤੁਸੀਂ ਕਾਨੂੰਨ ਦੇ ਵਿੱਚ ਲਿਖੋ ਨਾ ਕਿ ਜਿਹੜਾ ਪ੍ਰੋਸੀਕਿਊਟਿਡ ਹੈ ਉਹਨੂੰ ਦੇਵਾਂਗੇ। ਤੁਸੀਂ ਨਹੀਂ ਲਿਖਿਆ, ਇਹ ਸਭ ਤੋਂ ਖਤਰਨਾਕ ਗੱਲ ਹੈ। ਦੂਜੀ ਗੱਲ, ਇਹ ਸਾਰਾ ਜਿਹੜਾ ਆਈਡੀਆ ਇਹਨਾਂ ਦਾ, ਇਹ ਨਾਗਰਿਕਤਾ ਅਸੀਂ ਖੋ ਨਹੀਂ ਰਹੇ, ਮੈਂ ਨਾਗਰਿਕ ਹਾਂ। ਵੈਸੇ ਤਾਂ ਇਸ ਤੋਂ ਬਾਅਦ ਗੱਲ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਹਨਾਂ ਨੇ ਕਿਹਾ ਕਿ ਆਹ ਬੁੱਧੀਜੀਵੀ ਨੇ ਜਿਨ੍ਹਾਂ ਦੀ ਨਾਗਰਿਕਤਾ ਨੂੰ ਖਤਰਾ ਹੈ, ਕਿਉਂਕਿ ਅਸੀਂ ਇਹਨਾਂ ਦੇ ਸੰਵਿਧਾਨ ਅਤੇ ਦੇਸ਼ ਦੇ ਸੁਪਨੇ ਨੂੰ, ਵਿਚਾਰ ਨੂੰ ਤੋੜਨ ਦੇ ਇਰਾਦੇ ਦਾ ਵਿਰੋਧ ਕਰਦੇ ਹਾਂ।
ਸਾਡੀ ਨਾਗਰਿਕਤਾ ਨੂੰ ਖਤਰਾ ਦੱਸਦੇ ਨੇ। ਇਸ ਤੋਂ ਜ਼ਿਆਦਾ ਨਫ਼ਰਤ ਭਰੀ, ਇਸ ਤੋਂ ਜ਼ਿਆਦਾ ਹਿੰਸਾ ਭਰੀ, ਇਸ ਤੋਂ ਜ਼ਿਆਦਾ ਕੋਨਸਟੀਟਿਊਸ਼ਨ ਦੇ ਖਿਲਾਫ਼ ਗੱਲ ਕੋਈ ਹੋ ਨਹੀਂ ਸਕਦੀ। ਫਿਰ ਸਾਡਾ ਦੇਸ਼ ਦਾ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਹੈ ਉਹ ਸਮਤਾ ਦੀ ਗੱਲ ਕਰਦੀ ਹੈ, ਨਿਆਂ ਦੀ ਗੱਲ ਕਰਦੀ ਹੈ, ਆਜ਼ਾਦੀ ਦੀ ਗੱਲ ਕਰਦੀ ਹੈ, ਉਹ ਡੈਮੋਕ੍ਰੇਸੀ ਅਤੇ ਸੈਕੂਲਰਿਜ਼ਮ ਦੀ ਗੱਲ ਕਰਦੀ ਹੈ, ਰਿਪਬਲਿਕ ਦੀ ਗੱਲ ਕਰਦੀ ਹੈ। ਇਹ ਉਹਦੇ ਮੂਲ ਜਿਹੜੇ ਭਾਵਨਾ ਹੈ, ਮੂਲ ਜਿਹੜੀ ਵੈਲਿਊਜ਼ ਨੇ, ਉਹਨਾਂ 'ਤੇ ਅਟੈਕ ਕਰ ਰਹੇ ਨੇ। ਇੱਥੋਂ ਤੱਕ ਜਾ ਰਹੇ ਨੇ ਕਿ ਸਪੋਕਸਪਰਸਨ ਬੜੇ ਆਰਾਮ ਨਾਲ ਕਹਿ ਦਿੰਦਾ ਇਹ ਲੋਕ ਨੇ ਜਿਹੜੇ ਸਾਡੇ ਖਿਲਾਫ਼ ਬੋਲ ਰਹੇ ਨੇ ਉਹਨਾਂ ਨੂੰ ਖਤਰਾ। ਮੈਂ ਇੱਕ ਹੋਰ ਗੱਲ ਲਾਸਟ ਗੱਲ ਕਹਿਣਾ ਚਾਹੁੰਦਾ ਸਰ, ਇਹ ਆਪਦੀ ਵਿਰਾਸਤ, ਆਪਦੇ ਇਤਿਹਾਸ ਨੂੰ ਯਾਦ ਕਰ ਲੈਣ, ਜਾਂ ਤਾਂ ਉਦੋਂ ਖੂਬ ਝੂਠੇ ਸੀ, ਹੁਣ ਤਾਂ ਹੈ ਹੀ ਹੈ। ਜਦੋਂ ਐਮਰਜੈਂਸੀ ਦੇ ਵਿੱਚ JPA ਕਹਿ ਰਿਹਾ ਸੀ ਕਿ ਜੇ ਕੋਈ ਗਲਤ ਕਾਨੂੰਨ ਹੋਵੇ ਲੋਕਾਂ ਨੂੰ ਉਹਦੇ ਖਿਲਾਫ਼ ਖੜੇ ਹੋ ਜਾਣਾ ਚਾਹੀਦਾ, ਉਦੋਂ JP ਮੂਵਮੈਂਟ ਦਾ ਹਿੱਸਾ ਸੀਗੇ। ਫਿਰ ਇਹ ਕਿਹੜੇ ਮੂੰਹ ਨਾਲ ਕਹਿੰਦੇ ਨੇ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੀ ਨਾਗਰਿਕਤਾ ਨੂੰ ਖਤਰਾ ਹੈ? ਮੈਂ ਪੁੱਛਣਾ ਚਾਹੁੰਦਾ ਕਿਉਂ ਸਾਡੀ ਨਾਗਰਿਕਤਾ ਨੂੰ ਖਤਰਾ? ਇਹਦਾ ਮਤਲਬ ਇਹ ਹੈ ਇਹ ਬੁੱਧੀਜੀਵੀਆਂ ਦੀ ਗੱਲ ਨਹੀਂ, ਇਹ ਜਿਹੜੇ ਇਹਨਾਂ ਦੇ ਵਿਰੋਧ 'ਚ ਖੜੇ ਨੇ ਉਹਨਾਂ ਦੀ ਨਾਗਰਿਕਤਾ ਨੂੰ ਖਤਰਾ ਹੈ। ਉਹ ਕੌਣ ਨੇ? ਉਹ ਅਡਾਨੀ ਅੰਬਾਨੀ ਨਹੀਂ, ਉਹ ਇਹਨਾਂ ਦੇ ਪਕਸ਼ 'ਚ ਖੜੇ ਨੇ। ਇਸ ਦੇਸ਼ ਦਾ ਗਰੀਬ ਗੁਰਬਾ ਹੈ, ਇਸ ਦੇਸ਼ ਦੀ ਮਾਈਨੋਰਟੀਜ਼ ਹੈ, ਇਸ ਦੇਸ਼ ਦਾ ਦਲਿਤ ਹੈ, ਉਹਨਾਂ ਨੂੰ ਖਤਰਾ ਹੈ। ਦਲਿਤਾਂ ਵਾਲਾ ਸਵਾਲ ਨਹੀਂ ਆ ਰਿਹਾ ਹੈਗਾ। ਇੱਕ ਛੋਟਾ ਜਿਹਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਜਿਹੜਾ ਦਲਿਤਾਂ ਵਾਲਾ ਸਵਾਲ ਹੁਣ ਉੱਠਿਆ ਹੈਗਾ ਉਹ ਵੀ ਆਉਣਾ ਜ਼ਰੂਰੀ ਹੈਗਾ ਇਸ ਚਰਚਾ ਦੇ ਵਿੱਚ। ਸਵਾਲ ਸੁਪਰੀਮ ਕੋਰਟ ਦੇ ਵਿੱਚ ਪਈਆਂ ਪਟੀਸ਼ਨਾਂ 'ਤੇ ਵੀ ਹੋਣਾ ਚਾਹੀਦਾ, 4 ਸੂਬਿਆਂ ਵਿੱਚ ਪਏ ਮਤੇ 'ਤੇ ਵੀ ਹੋਣਾ ਚਾਹੀਦਾ, ਸਵਾਲ ਯੂਰਪੀਅਨ ਯੂਨੀਅਨ 'ਚ ਪਏ ਮਤੇ ਦਾ ਵੀ ਹੋਣਾ ਚਾਹੀਦਾ। ਇਹ ਸਵਾਲ ਕਿਉਂ ਉੱਠਦੇ ਪਿਆ ਅਤੇ ਇਹਨਾਂ ਸਵਾਲਾਂ ਦਾ ਜਵਾਬ ਕੀ ਹੋਵੇਗਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਇੱਕੋ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ ਤੋਂ ਵਿਦੇਸ਼ ਤੱਕ CA 'ਤੇ ਉੱਠ ਰਹੇ ਸਵਾਲਾਂ ਦਾ ਭਾਰਤ ਸਰਕਾਰ ਕੋਲ ਕੀ ਜਵਾਬ ਹੈ? ਗੁਰਦਾਰਾ ਸਾਹਿਬ, ਤਕਰੀਬਨ 149 ਦੇ ਕਰੀਬ ਸਾਡੇ ਕੋਲ ਪਟੀਸ਼ਨਸ ਦੀ ਜਾਣਕਾਰੀ ਆਈ ਹੈ ਕਿ ਸੁਪਰੀਮ ਕੋਰਟ 'ਚ ਪੈ ਚੁੱਕੀਆਂ। ਸੁਪਰੀਮ ਕੋਰਟ ਜਦੋਂ ਕੇਂਦਰ ਸਰਕਾਰ ਤੋਂ 4 ਹਫ਼ਤਿਆਂ ਵਿੱਚ ਜਵਾਬ ਮੰਗਦਾ ਹੈ, ਅਤੇ ਸੁਪਰੀਮ ਕੋਰਟ ਜਦੋਂ ਇਹ ਕਹਿੰਦਾ ਕਿ ਹਾਈ ਕੋਰਟ ਇਹਨਾਂ ਮਾਮਲੇ ਦੀ ਸੁਣਵਾਈ ਨਾ ਕਰੇ, ਉਹਦਾ ਮਤਲਬ ਹੈ ਕੀ? ਬਹੁਤ ਸੰਕੀਰਨ। ਇਹਦਾ ਮਤਲਬ ਇਹ ਹੈ ਕਿ ਸਰਕਾਰ ਜਾਣਦੀ ਹੈ ਕਿ ਇਸ ਦੇਸ਼ ਦੇ ਸੰਵਿਧਾਨ ਦੇ ਵੈਲਿਊਜ਼ ਅਤੇ ਦੇਸ਼ ਦੇ ਸੰਵਿਧਾਨ ਦੇ ਜਿਹੜੇ ਪ੍ਰਾਵਧਾਨ ਨੇ ਉਹਨਾਂ ਦੇ ਮੁਤਾਬਿਕ ਕਾਨੂੰਨ ਨਹੀਂ ਗਾ। ਇਸ ਕਰਕੇ ਸਰਕਾਰ ਦੇਰੀ ਕਰਦੀ ਹੈ। ਦੇਰੀ ਕਿਵੇਂ ਕਰਦੀ ਹੈ? ਸੁਪਰੀਮ ਕੋਰਟ ਆਪਦੇ ਪ੍ਰੋਸੈਸ ਦੀ ਗੱਲ ਕਰਦਾ ਹੈ, ਇੱਕ ਗੱਲ ਹੈ। ਦੂਜਾ, ਸੁਪਰੀਮ ਕੋਰਟ ਨੂੰ ਇਹ ਵੀ ਅੱਖ ਖੋਲ ਕੇ ਵੇਖ ਲੈਣਾ ਚਾਹੀਦਾ ਕਿ ਇਸ਼ੂ ਕਿੰਨਾ ਇੰਪੋਰਟੈਂਟ ਹੈ। ਸੁਪਰੀਮ ਕੋਰਟ ਨੇ ਕੀ ਕੀਤਾ? ਸਰਕਾਰ ਅਤੇ ਸੁਪਰੀਮ ਕੋਰਟ ਦੋਵਾਂ ਨੇ ਕੀ ਕੀਤਾ? ਪਹਿਲਾਂ ਪਟੀਸ਼ਨ ਚਲੀ ਗਈ, ਉਹਨਾਂ ਕੋਲ ਚਲੀ ਗਈ, ਇਹਨਾਂ ਨੇ ਜਵਾਬ ਦੇਣਾ ਸੀ। ਜਵਾਬ ਦੇਣ ਦੀ ਬਜਾਏ ਅਟੋਰਨੀ ਜਨਰਲ ਕਹਿੰਦਾ ਵੀ ਸਾਡੇ ਕੋਲ ਹੈ ਨਾ ਇੰਨੀ ਪਟੀਸ਼ਨਾਂ ਆਈਆਂ, ਬਾਕੀ ਆਈਆਂ ਨਹੀਂ। ਆਖਿਰ 'ਚ ਕੋਰਟ ਕੀ ਕਹਿੰਦੀ ਹੈ ਕਿ ਤੁਸੀਂ ਦੋ ਸੈੱਟ ਬਣਾ ਲਓ, ਇੱਕ ਆਸਾਮ ਅਤੇ ਤ੍ਰਿਪੁਰਾ ਅਤੇ ਉਹ ਨੌਰਥ ਈਸਟ ਦਾ ਜਵਾਬ ਦੇ ਦਿਓ, ਇੱਕ ਬਾਕੀਆਂ ਦਾ ਸਾਂਝਾ ਜਵਾਬ ਦੇ ਦਿਓ। ਕੋਰਟ ਨੇ ਵੀ ਕਿਹਾ ਸੀਗਾ ਪਹਿਲਾਂ ਹਿੰਸਾ ਰੋਕੋ। ਹਿੰਸਾ ਤਾਂ ਸਰਕਾਰ ਬੜਾਵਾ ਦੇ ਰਹੀ ਹੈ, ਇਸ ਕਰਕੇ ਹੋ ਰਹੀ ਹੈ। ਹਿੰਸਾ ਰੋਕਣਾ ਕਹਿਣਾ ਸਰਕਾਰ ਦਾ ਕੰਮ ਹੈ, ਕੋਰਟ ਦਾ ਕੰਮ ਹੈ, ਬਟ ਸਟੇਟ ਕੋਰਟ ਦਾ ਉਸ ਤੋਂ ਵੱਡਾ ਕੰਮ ਹੈ ਜਿਹੜੀ ਸਟੇਟ ਵਾਇਲੈਂਸ ਕਰ ਰਹੀ ਹੈ ਉਹਦੇ ਬਾਰੇ ਸਟੇਟ ਨੂੰ ਕਵੇ, ਜਿਹੜਾ ਕੋਰਟ ਨੇ ਨਹੀਂ ਕਿਹਾ। ਸੁਪਰੀਮ ਕੋਰਟ ਆਪਣੀ ਜ਼ਿੰਮੇਵਾਰੀ ਨਿਭਾ ਪਾ ਰਿਹਾ ਉਸ ਤਰੀਕੇ ਨਾਲ ਇਸ ਮਾਮਲੇ ਦੇ ਵਿੱਚ? ਦੋ ਗੱਲਾਂ 'ਤੇ ਸੁਪਰੀਮ ਕੋਰਟ ਹਲੇ ਪਿਛੜ ਰਿਹਾ। ਜਿੱਡਾ ਵੱਡਾ ਇਸ਼ੂ ਹੈ ਦੇਸ਼ ਦੇ ਵਿੱਚ, ਅੰਦੋਲਨ ਹੋ ਰਹੇ ਨੇ, ਉਹਦੇ ਸੁਪਰੀਮ ਕੋਰਟ ਨੂੰ ਜਿੰਨੀ ਤੇਜ਼ੀ ਨਾਲ ਕੰਮ ਕਰ ਰਿਹਾ ਕਰਨਾ ਚਾਹੀਦਾ ਉਹ ਨਹੀਂ ਕਰ ਰਿਹਾ, ਉਸ ਉਹਨੂੰ ਸੰਵੇਦਨਸ਼ੀਲਤਾ ਨਾਲ ਵੇਖ ਨਹੀਂ ਰਿਹਾ। ਦੂਜੀ ਗੱਲ, ਸਟੇਟ ਆਪ ਦੀ ਜਿਹੜੀ ਸਰਕਾਰ ਹੈ ਉਹ ਆਪਦੀ ਪਾਵਰਸ ਦਾ ਮਿਸਯੂਜ਼ ਕਰ ਰਹੀ ਹੈ, ਜਿਹਨਾਂ ਐਕਸੀਡ ਕਰ ਰਹੀ ਹੈ ਉਹਨੂੰ ਵੇਖ ਕੇ ਅੱਖਾਂ ਬੰਦ ਕਰੀ ਬੈਠੇ। ਇਹ ਦੋ ਵੱਡੇ ਸਵਾਲ ਨੇ। ਠੀਕ ਠੀਕ ਹੈ। ਗੁਰਮੀਤ ਮਾਂਗਟ, ਹਾਂਜੀ, ਮੈਂ ਫਿਰ ਤੁਹਾਡੇ ਤੋਂ ਸਵਾਲ ਕਰਦਾ ਕਿ ਜੋ ਵਾਰ ਵਾਰ ਹਰ ਮੁੱਦੇ 'ਤੇ ਪਾਕਿਸਤਾਨ ਲੈ ਕੇ ਆਉਂਦੇ, ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਬੈਸਟ ਆ ਜਾਂ ਪਾਕਿਸਤਾਨ ਲਈ ਕੰਮ ਕਰਦੇ ਪਏ ਆ, ਸਵਾਲ ਹੀ ਨਹੀਂ ਹੈਗਾ, ਤੁਸੀਂ ਵੀ ਉਹਨਾਂ ਨੂੰ ਪਲੋਸ ਕੇ ਦਿੰਦੇ ਹੋ ਨਾ ਪਾਕਿਸਤਾਨ ਦੀ ਗੱਲ ਕੀਤੀ ਜਾਵੇ? ਦੇਖੋ KP ਜੀ, ਮੈਂ ਦੋ ਤਿੰਨ ਗੱਲਾਂ ਕਰੂੰਗਾ। ਪਹਿਲੀ ਗੱਲ ਤੁਹਾਡੀ, ਉਸ ਗੱਲ ਦਾ ਜਵਾਬ ਇਹਦੇ ਵਿੱਚ ਹੀ ਆ ਜਾਣਾ ਕਿ ਇਸ ਵੇਲੇ ਜਿਹੜਾ ਹਿੰਦੁਸਤਾਨ ਦਾ ਗਲੋਬਲ ਡੈਮੋਕ੍ਰੇਸੀ ਇੰਡੈਕਸ ਹੈ ਉਹ 10 ਸਪੋਟ ਥੱਲੇ ਚਲ ਗਿਆ। ਪਹਿਲੀ ਵਾਰ ਇਤਿਹਾਸ ਦੇ ਵਿੱਚ ਸਾਡਾ ਜਿਹੜਾ ਗ੍ਰਾਫ ਹੈਗਾ ਗਲੋਬਲ ਡੈਮੋਕ੍ਰੇਸੀ ਇੰਡੈਕਸ ਦਾ ਥੱਲੇ ਚਲ ਗਿਆ। ਨਾਲੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੂੰਗਾ ਵੀ ਜੇ ਤੁਹਾਡਾ ਕੈਮਰਾਮੈਨ ਥੋੜ੍ਹਾ ਜਿਹਾ ਜ਼ੂਮ ਕਰ ਲਏ, ਇਹ 2013 ਦੇ ਵਿੱਚ ਮੈਂ ਗਿਆ ਸੀਗਾ ਜੀ ਕੁੰਭ ਮੇਲਾ, ਅਤੇ ਇਹ ਉਦੋਂ ਦਾ ਸ਼ਰਿਆਂਤਰ ਹੈ, ਹਿੰਦੂ ਧਰਮ ਖਤਰੇ ਮੇਂ ਹੈ। ਤੁਸੀਂ ਦੱਸੋ ਇਹ ਲੋਕਾਂ ਦੇ ਵਿੱਚ ਕੀ ਬਣਦੇ ਫਿਰ ਰਹੇ 2013 ਕੁੰਭ ਦੇ ਮੇਲੇ ਦੇ ਵਿੱਚ? ਹੋਰ ਕੁਛ ਨਹੀਂ ਸੀਗਾ, ਮੇਰੇ ਕੋਲ ਘੱਟੋ ਘੱਟ 150 ਫੋਟੋ ਖਿੱਚੀ ਹੋਣੀ ਆ ਡਿਫਰੈਂਟ ਡਿਫਰੈਂਟ ਇਹਨਾਂ ਦੀਆਂ ਜਥੇਬੰਦੀਆਂ ਦੀਆਂ। BJP ਨੇ ਲਿਖਿਆ, ਮੇਰੇ ਕੋਲ BJP ਵਾਲੇ ਨਾਮ ਲਈ ਨਹੀਂ ਨਹੀਂ ਮੈਂ ਮਾਂਗੜ ਸਾਹਿਬ ਤੁਸੀਂ ਕਿਵੇਂ ਇਹਨੂੰ ਪ੍ਰਭਾਸ਼ਿਤ ਕਰ ਸਕਦੇ ਹੋ ਕਿ BJP ਨੇ ਲਵਾਏ ਆ ਜਾਂ ਉਦੋਂ ਦੀ ਸਰਕਾਰ ਨੇ ਲਵਾਏ? ਦੇਖੋ ਜੀ, ਸਰਕਾਰ ਨੇ ਨਹੀਂ ਲਵਾਏ ਉਦੋਂ, ਠੀਕ ਹੈ, ਇਹ ਫਲਾਨੇ ਹਿੰਦੂ ਸੰਗਠਨ ਨੇ ਉਹਦੇ ਥੱਲੇ ਲਿਖਿਆ ਵੀ ਹੋਇਆ ਜੀ। ਆਹ ਜਿਹੜਾ ਪਰਟੀਕੂਲਰ ਹੈਗਾ ਹੈ ਇਹ ਹੈਗਾ ਆ ਮਹਾਰਾਸ਼ਟਰ ਦੇ ਕਿਸੇ ਸਵਾਮੀ ਨੇ ਲਗਾਇਆ ਹੋਇਆ ਹਿੰਦੂ ਧਰਮ ਖਤਰੇ 'ਚ। ਦਿਸ ਇਜ਼ ਜਸਟ ਵਨ, ਠੀਕ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਵੀ ਕੁੰਭ ਮਹਾਕੁੰਭ ਇੱਕ ਕਿੰਨੀ ਪਵਿੱਤਰ ਜਗ੍ਹਾ ਹੈ ਜੀ, ਜਿੱਥੇ ਲੋਕ ਆਸਥਾ ਨਾਲ ਮੱਥਾ ਟੇਕਣ ਜਾਂਦੇ ਆ, ਅਤੇ ਇਹ ਉੱਥੇ
ਮਤਲਬ ਨਫ਼ਰਤ ਦੇ ਬੀਜ ਬੀਜ ਰਹੇ ਇੱਕ ਬੰਦਾ ਵਿਚਾਰਾ ਤੇ ਉਦੋਂ ਤੁਸੀਂ ਸੁੱਤੇ ਪਏ ਸੀਗੇ ਕਿਉਂ ਨਹੀਂ ਕਿਉਂ ਮੈਂ ਤਾਂ ਉਦੋਂ ਨਹੀਂ ਇਸ ਚੀਜ਼ ਨੂੰ ਮੁਸਲਮਾਨ ਆਰਗੇਨਾਈਜੇਸ਼ਨ ਦਾ ਵੀ ਦਿਖਾ ਦਿਆ ਕਰੋ ਉਹ ਕੀ ਕਰਦੇ ਆ ਮਹਾਰਾਜ ਮੈਂ ਜਿਹੜੀ ਚੀਜ਼ ਆ ਰਹੀ ਅੱਖੀ ਅੱਖੀ ਹੈ ਨਾ ਜੀ ਹਾਂ ਅਸੀਂ ਹਿੰਦੂ ਮੁਸਲਮਾਨ ਹੀ ਕਰਨਾ ਚਾਹ ਰਹੇ ਹਾਂ ਉਹ ਤਾਂ ਮੁੱਦੇ ਦੀ ਗੱਲ ਹੀ ਕਰਨਾ ਚਾਹ ਰਹੇ ਸੀ ਮੁੱਦੇ ਦੀ ਗੱਲ ਤਾਂ ਹੈ ਜੀ ਇਹਨਾਂ ਨੇ ਨਫ਼ਰਤ ਦੇ ਬੀਜ ਉਦੋਂ ਦੇ ਹੀ ਬੀਜੇ ਹੋਏ ਆ ਜੀ ਠੀਕ ਠੀਕ ਔਰ ਇਹ ਉਸੇ ਚੀਜ਼ ਤੇ ਪੋਲਿਟਿਕਸ ਕਰ ਰਹੇ ਨੇ ਮੈਨੂੰ ਤਾਂ ਇੱਕ ਚੀਜ਼ ਸਮਝ ਨਹੀਂ ਆ ਰਹੀ ਇੱਥੇ ਤਾਂ ਇਨਸਾਨ ਖਤਰੇ 'ਚ ਹੈ ਨਾਗਰਿਕ ਖਤਰੇ 'ਚ ਹੈ ਜਿਹੜੀ ਇੱਥੇ ਨਵਾਂ ਬੱਚਾ ਜਨਮ ਲੈਂਦਾ ਉਹ ਖਤਰੇ 'ਚ ਹੈ ਅਸੀਂ ਕਹਿ ਰਹੇ ਹਿੰਦੂ ਖਤਰੇ 'ਚ ਹੈ ਮੁਸਲਮਾਨ ਖਤਰੇ 'ਚ ਹੈ ਸਿੱਖ ਖਤਰੇ 'ਚ ਹੈ ਅਸੀਂ ਕਿੱਧਰ ਜਾ ਰਹੇ ਬਿਲਕੁਲ ਜਿਹੜੀ ਗਰੀਬੀ ਸਾਨੂੰ ਮਾਰ ਰਹੀ ਆ ਅਸੀਂ ਉਸ ਖਤਰੇ 'ਚ ਹੈ ਹਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਇੰਟਰਨੈਸ਼ਨਲ ਸਵਾਲ ਕਿਉਂ ਆਏ ਐਸੇ ਕਰਕੇ ਇੰਟਰਨੈਸ਼ਨਲ ਸਵਾਲ ਹੈ ਕਿ ਇੱਥੋਂ ਦਾ ਹਿਊਮਨ ਖਤਰੇ 'ਚ ਹੈ ਸਾਡਾ ਸੰਵਿਧਾਨ ਕਹਿੰਦਾ ਇਕੁਐਲਿਟੀ ਫਟਰਨਿਟੀ ਫਟਰਨਿਟੀ ਹੈ ਭਾਈਚਾਰਾ ਇਹ ਭਾਈਚਾਰੇ ਨੂੰ ਤੋੜ ਰਹੇ ਨੇ ਦੋਨੇ ਤਰ੍ਹਾਂ ਤੋੜ ਰਹੀਆਂ ਨੇ ਉਹ ਕੋਈ ਹਿੰਦੂਆਂ ਨੂੰ ਕਹਿ ਕੇ ਤੋੜ ਰਿਹਾ ਕੋਈ ਮੁਸਲਮਾਨਾਂ ਨੂੰ ਕਹਿ ਕੇ ਤੋੜ ਰਿਹਾ ਹੈ ਇਹ ਦੋਨੇ ਤਰ੍ਹਾਂ ਇਸਦੀਆਂ ਜ਼ਿੰਮੇਵਾਰ ਨੇ ਇੱਕ ਜ਼ਿਆਦਾ ਓਪਨਲੀ ਕਹਿੰਦੀ ਆ ਵੀ ਅਸੀਂ ਤੁਹਾਨੂੰ ਦੇਖਾਂਗੇ ਕਿੱਥੇ ਹੋ ਤੁਸੀਂ ਜਾਓ ਪਾਕਿਸਤਾਨ ਦੂਜੀ ਥੋੜ੍ਹਾ ਢਿੱਲਾ ਨਰਮਨ ਕਹਿੰਦੀ ਹੈ ਕਰਦੇ ਦੋਨੇ ਹੀ ਨੇ ਹੁਣ ਗਰੇਵਾਲ ਸਾਹਿਬ ਨੇ ਇਹ ਪਿਛਲੀ ਵਾਰੀ ਵੀ ਇਹਨਾਂ ਨੇ ਕਿਹਾ ਸੀ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦੀ ਸੋਚ ਕਿੱਥੇ ਖੜੀ ਹੈ ਇਹਨਾਂ ਦੀ ਸੋਚ ਪਿਛਲੀ ਵਾਰੀ ਮਨਜੀਤ ਸਿੰਘ ਸੀ ਉੱਥੇ ਬੈਠੇ ਮੈਂ ਉਰੀ ਬੈਠਾ ਸੀ ਪਿਛਲੀ ਵਾਰੀ ਵੀ ਇਹਨਾਂ ਨੇ ਆਖਿਆ ਵੀ ਆਹ ਬੰਦੇ ਨੇ ਐਤਕੀ ਵੀ ਇਹੀ ਕਿਹਾ ਵੀ ਆਹ ਬੰਦੇ ਨੇ ਜਿਹਨਾਂ ਨੂੰ ਖਤਰਾ ਹੈ ਇਹ ਕਹਿਣ ਦਾ ਮਤਲਬ ਇਹ ਹੈ ਮੈਂ ਕਹਿਣਾ ਸਾਰਿਆਂ ਦੇ ਵਿਆਪ 'ਤੇ ਜਿਹੜੇ ਅੱਜ ਬੋਲ ਰਹੇ ਨੇ ਅਸੀਂ ਡਟ ਕੇ ਬੋਲਾਂਗੇ ਇਹ ਸਾਡੀ ਨਾਗਰਿਕਤਾ ਤੋੜ ਦੇਣ ਇਹ ਸਾਨੂੰ ਮਾਰ ਦੇਣ ਜਿਹੜੀ ਗੋਲੀ ਮਾਰਨੀ ਹੈ ਇਹ ਇੱਥੇ ਬੈਠ ਕੇ ਥਰੈਟ ਕਰ ਰਹੇ ਨੇ ਇਹ ਕੋਮਨ ਮੈਨ ਜਿਹੜਾ ਵਿਚਾਰਾ ਦਿਹਾੜੀ ਕਰਦਾ ਜਿਹੜਾ ਵਿਚਾਰਾ ਜੰਗਲ 'ਚੋਂ ਲੱਕੜੀਆਂ ਕੱਟ ਕੇ ਗੁਜ਼ਾਰਾ ਕਰਦਾ ਜਿਹਦੇ ਕੋਲ ਜਿਹਦੀ ਜ਼ਮੀਨ 'ਤੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਅੰਬਾਨੀ ਅਡਾਨੀ ਦਾ ਉੱਥੋਂ ਉਹਦੇ ਖਣਿਜ ਨਿਕਵਾਉਣਾ ਚਾਹੁੰਦੇ ਨੇ ਉਹ ਵਿਚਾਰਾ ਇਹਨਾਂ ਦਾ ਕੀ ਮੁਕਾਬਲਾ ਕਰ ਸਕੇਗਾ ਜੇ ਇੱਥੇ ਬੈਠੇ ਇਹਨਾਂ ਬੰਦਿਆਂ ਨੂੰ ਇਹ ਓਪਨਲੀ ਕਹਿੰਦੇ ਨੇ ਵੀ ਇਹਨਾਂ ਦੀ ਨਾਗਰਿਕਤਾ ਨੂੰ ਖਤਰਾ ਹੈ ਹੋਰ ਕਿਸੇ ਦੀ ਹਜ਼ਾਰ ਦੋ ਹਜ਼ਾਰ ਇਹਨਾਂ ਨੇ ਇੱਕ ਨਾਲ ਥੋੜਾ ਸਵਾਲ ਇੱਕ ਨਾਲ ਥੋੜਾ ਸਵਾਲ ਗੁਦਾਰਾ ਸਾਹਿਬ ਨੇ ਦਲਤਾਂ ਦੀ ਗੱਲ ਕੀਤੀ ਸੀ ਦਲਤਾਂ ਦਾ ਜ਼ਿਕਰ ਹੀ ਨਹੀਂ ਹੋ ਰਿਹਾ ਮੈਂ ਆ ਰਿਹਾ ਸੋ ਪਹਿਲੀ ਗੱਲ ਤਾਂ ਇਹ ਮੈਂ ਕਿਹਾ ਨਾ ਵੀ ਆਹੀ ਉਹ ਗਰੀਬ ਆਦਮੀ ਦਾ ਦਲਿਤ ਦਾ ਜਿਹਦੇ ਕੋਲ ਵਿਚਾਰੇ ਕੋਲ ਨਾ ਜ਼ਮੀਨ ਹੈ ਇਹ ਕਹਿਣ ਨਾ ਇਹ ਗੁੰਮਰਾਹ ਕਰਨ ਦੀ ਗੱਲ ਕਰਦੇ ਨੇ ਇਹ ਦੱਸਣ ਵੀ NRC ਜਿਹੜਾ ਲਿਖਿਆ 2003 ਦੇ ਰੂਲ ਲੈਟ ਗਰੇਵਾਲ ਜੀ ਸੇਵ ਰਹੇ ਕਿ ਉਹ ਰੂਲ ਅਸੀਂ ਰੱਦ ਕਰਤੇ ਲੈਟ ਹਿਮ ਸੇ ਉਹ ਰੂਲ ਜਿੰਨਾ ਚਿਰ ਖੜੇ ਨੇ ਇਹਨਾਂ ਦੀ ਸਰਕਾਰ ਦੇ ਨੋਟੀਫਾਈ ਕਰੇ ਹੋਏ ਦਸੰਬਰ 2003 'ਚ ਜਾਂਦੇ ਉਹ ਰੂਲਾਂ ਦੇ ਅਨੁਸਾਰ ਇਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਬਾਰ ਜੇ ਸਰਕਾਰ ਦਾ ਐਡਾ ਵੱਡਾ ਤਕੜਾ ਹੁਕਮ ਰਹਿਣ ਮਤਲਬ ਗੁੰਮਰਾਹ ਕਾਨੂੰ ਬਿਆਨ ਦੇਣ ਲੱਗ ਜੇ ਇੱਕ ਪਾਸੇ ਅਮਿਤ ਸ਼ਾਹ ਜੀ ਕਹਿੰਦੇ ਨੇ NRC ਹੋ ਕੇ ਰਹੇਗਾ ਦੂਜੇ ਪਾਸੇ ਮੋਦੀ ਜੀ ਕਹਿੰਦੇ ਨੇ NRC ਤੋਂ ਕੋਈ ਗੱਲ ਹੀ ਨਹੀਂ ਹੋਈ ਕਦੇ ਇਹ ਜਦ ਹੁਕਮਰਾਨ ਹੁਣ ਇਹ ਦੋਹੀ ਬਿਆਨ ਸਿਰਫ ਜਦ ਗਰੇਵਾਲ ਜੀ ਕਹਿਣ ਵੀ ਨਹੀਂ ਕਿਹਾ ਅਮਿਤ ਸ਼ਾਹ ਜੀ ਨੇ ਕਦੇ ਅਸੀਂ ਇੱਥੇ ਜਾਂ ਕਹਿਣ ਵੀ ਮੋਦੀ ਜੀ ਨੇ ਨਹੀਂ ਕਿਹਾ ਗੁੰਮਰਾਹ ਕੌਣ ਕਰਦਾ ਹੈ ਗਰੇਵਾਲ ਸਾਹਿਬ ਸਵਾਲ ਇੱਥੇ ਆ ਕੇ ਰੁਕਦਾ ਤੁਸੀਂ ਕਹਿ ਰਹੇ ਸੀ ਕਿ ਇਹ ਲੋਕ ਗੁੰਮਰਾਹ ਕਰਦੇ ਪਏ ਪਰ ਜਿਹੜਾ ਮੋਦੀ ਸਾਹਿਬ ਤੇ ਅਮਿਤ ਸ਼ਾਹ ਦਾ ਬਿਆਨ ਹੈ ਕਿ ਉਦੋਂ ਕਿੰਨੇ ਗੁੰਮਰਾਹ ਕੀਤਾ ਪ੍ਰੈਜ਼ੀਡੈਂਟ ਦਾ ਲੋਕ ਸਭਾ ਦੇ ਸਾਂਝੇ ਸਦਨ ਦੇ ਵਿੱਚ ਵੀ ਜਿਹੜਾ ਬਿਆਨ ਹੈ ਕਿ ਸਰਕਾਰ ਇਹ ਕਰਨ ਜਾ ਰਹੀ ਹੈ ਇਸ ਤਰ੍ਹਾਂ NRC ਕਰਨ ਜੋ ਸਹੀ ਹੋਈ ਹੈ ਜੋ ਮੋਦੀ ਜੀ ਨੇ ਕਿਹਾ ਮਿਸਟਰ ਸ਼ਾਹ ਨੇ ਗਲਤ ਦੱਸਿਆ ਮੈਨੂੰ ਜਿਹੜੀ ਗੱਲ ਆ ਉਹ ਦੱਸ ਲੈਣ ਦਿਓ ਇਸ ਵੇਲੇ ਗੱਲ CAA ਦੀ ਹੋ ਰਹੀ ਹੈ ਇਸ ਵੇਲੇ ਗੱਲ ਕਿਸੇ ਹੋਰ ਚੀਜ਼ ਦੀ ਨਹੀਂ ਹੋ ਰਹੀ ਸਰ ਯੂਪੀ ਵਿੱਚ ਪਲਸ ਪੋਲੀਓ ਦੀਆਂ ਬੂੰਦਾਂ ਪਿਉਣ ਗਏ ਆ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ ਲੋਕਾਂ ਨੇ ਵੀ ਇਹ NPR ਦਾ ਸਰਵੇ ਕਰਨ ਆਏ ਆ ਠੀਕ ਹੈ ਇੱਕ ਥਾਂ ਤੇ ਹੋਰ ਇਦਾਂ ਹੋਇਆ ਉੱਥੇ ਬੰਦੀ ਬਣਾਏ ਕਾਮਯਾਬ ਹੋ ਰਹੇ ਆ ਸਾਰੇ ਅੱਛਾ ਇਹ ਕਾਮਯਾਬ ਹੋ ਰਹੇ ਗਲਤ ਵੀ ਹੁਣ ਚ ਸਕਸੈਸਫੁਲ ਨਾ ਨਹੀਂ NPR ਵਾਸਤੇ ਜੇ 2003 ਦੇ ਰੂਲ ਦੇ ਵਿੱਚ ਹੈ NPR ਵਾਸਤੇ ਨੋਟੀਫਿਕੇਸ਼ਨ ਨਹੀਂ ਹੋਈ ਕਿ ਅਪ੍ਰੈਲ ਤੋਂ ਸਪਟੈਂਬਰ ਨਹੀਂ ਬਦਲ ਸੋਲੀ ਲੋਕ ਫੈਸਲਾ ਕਰ ਲੈਣਗੇ ਗੱਲ ਅਸੀਂ CAA ਦੀ ਕਰ ਰਹੇ ਹਾਂ ਜੀ ਹੋਰ ਕੁਝ ਇੰਪਲੀਮੈਂਟ ਨਹੀਂ ਹੋਣ ਜਾ ਰਿਹਾ ਔਰ CAA ਦੇ ਅੰਦਰ ਜਿਹੜਾ ਇਹ ਖੁਦ ਹੀ ਬਹੁਤ ਡਾਕਟਰ ਸਾਹਿਬ ਪਿਆਰੇਲਾਲ ਗਰਗ ਜੀ ਵਿਦਵਾਨ ਨੇ ਪਰ ਇਹ ਨਾਲ ਵੈਸੇ ਹੀ ਕਹਿ ਰਿਹਾ ਸਾਡੀ ਨਾਗਰਿਕਤਾ ਖੋਣ ਦੀ ਗੱਲ ਹੋ ਰਹੀ ਹੈ CAA 'ਚ ਕਿਸੇ ਦੀ ਨਾਗਰਿਕਤਾ ਖੋਣ ਦੀ ਗੱਲ ਨਹੀਂ ਹੋ ਰਹੀ ਸਰ ਤੁਸੀਂ ਸਾਨੂੰ ਨਾਗਰਿਕਤਾ ਦੇਣ ਦੀ ਗੱਲ ਹੋ ਰਹੀ ਆ ਅਤੇ ਉਹਦੇ 'ਚ ਫਿਰ ਬਿਨਾਂ ਗੱਲਬਾਤ ਤੋਂ ਲੋਕਾਂ ਨੂੰ ਐਡਾ ਵਿਦਵਾਨ ਵਿਅਕਤੀ ਗਲਤ ਫਹਿਮੀ ਪਾਵੇ ਉਹਨਾਂ ਨੇ ਲੋਕਾਂ ਨੇ ਮੰਨਣਾ ਹੀ ਆ ਕਿ ਠੀਕ ਕਹਿੰਦੇ ਹੋਣਗੇ ਨਾਗਰਿਕਤਾ ਮੈਂ ਤਾਂ ਇਹ ਕਿਹਾ ਕਿ ਨਾਗਰਿਕਤਾ ਖੋਣ ਦੀ ਤਾਂ ਗੱਲ ਹੀ ਨਹੀਂ ਅਸੀਂ ਨਾਗਰਿਕਤਾ ਦੇਣ ਦੀ ਗੱਲ ਕਰ ਰਹੇ ਹਾਂ ਉਹ ਵੀ ਸ਼ਰਨਾਰਥੀਆਂ ਨੂੰ ਕਰ ਰਹੇ ਹਾਂ ਇਹ ਜਾਣ ਬੁੱਝ ਕੇ ਲੋਕਾਂ ਨੂੰ ਗਲਤ ਸਮਝਾ ਰਹੇ ਆ ਔਰ ਦੇਸ਼ ਦੇ ਅੰਦਰ ਜਾਣ ਬੁੱਝ ਕੇ ਅਸ਼ਾਂਤੀ ਫੈਲਾਉਣ ਦੀ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀ ਬਗਾਵਤ ਕਰਾਉਣ ਦੀ ਕੋਸ਼ਿਸ਼ ਇਹ ਕਰ ਰਹੇ ਇੱਕ ਮਿੰਟ ਜੇ ਡਾਕਟਰ ਗਰਗ ਹਰੀ ਗਲਤ ਸਮਝਾ ਰਹੇ ਆ ਲੋਕਾਂ ਨੂੰ ਜਿਹੜੇ ਹੋਰ ਇਸ ਵੱਡੀ ਵੱਡੀ ਇੰਡਸਟਰੀ ਨਾਲ ਜੁੜੇ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਹੈ ਜਾਂ ਹੋਰ ਸਾਡੇ ਸੰਵਿਧਾਨ ਦੇ ਜਾਣਕਾਰ ਹੈ ਜਾਂ ਹੋਰ ਵੱਡੇ ਵੱਡੇ ਵਕੀਲ ਹੈ
ਕਿ ਉਹ ਵੀ ਗਲਤ ਸਮਝਾ ਰਹੇ ਆ। ਤੁਸੀਂ ਬਾਕੀ ਨੂੰ ਛੱਡੋ, ਸਿਆਸਤ ਨੂੰ ਛੱਡ ਦਿਓ, ਤੁਸੀਂ ਕੋਈ ਵੱਡੇ ਇਹਨਾਂ ਨੂੰ ਛੱਡ ਦਿਓ, ਖੱਬੇ ਪੱਖੀਆਂ ਨੂੰ ਛੱਡ ਦਿਓ, ਕਾਂਗਰਸ ਨੂੰ ਛੱਡ ਦਿਓ, ਇਹਨਾਂ ਲੋਕਾਂ ਦੀ ਗੱਲ ਕਰ ਲਓ, ਬੁੱਧੀਜੀਵੀ ਵਰਗ ਦੀ ਗੱਲ ਕਰ ਲਓ ਤੁਸੀਂ। ਬੁੱਧੀਜੀਵੀ ਵਰਗ ਸਾਰਾ ਇਹਨਾਂ ਦੇ ਨਾਲ ਨਹੀਂ ਹੈ, ਇਹਨਾਂ ਦੀ ਭਾਸ਼ਾ ਨਹੀਂ ਬੋਲ ਰਿਹਾ। ਬੁੱਧੀਜੀਵੀ ਵਰਗ 'ਚ ਦੇਸ਼ ਭਗਤ ਲੋਕ ਨੇ, ਬਹੁਤ ਬੜੇ ਬੜੇ ਨੇ, ਇਹ ਦੇਸ਼ ਭਗਤ ਨਹੀਂ ਹੈਗੇ। ਮੈਂ ਇਹਨਾਂ ਦੇ ਕੋਈ ਕੁਐਸਚਨ ਨਹੀਂ ਕਰਦਾ, ਪਰ ਜਿਹੜੀ ਆ ਗੱਲ ਕਹਿ ਰਹੇ ਨੇ ਕਿ ਸਾਡੀ ਨਾਗਰਿਕਤਾ ਖੋਣ ਦੀ ਗੱਲ, ਇਹ ਝੂਠ ਕਹਿ ਰਹੇ ਆ। ਗਰੇਵਾਲ ਸਰ ਤੁਸੀਂ ਕਿਹਾ, ਕੋਈ ਹੋਰ ਦੁਬਾਰਾ ਕਢਵਾ ਕੇ ਇਹਨਾਂ ਨੂੰ ਦੇਖ ਲਓ, ਤੁਸੀਂ ਕਿਹਾ ਇਹਨਾਂ ਨੂੰ ਖਤਰਾ ਹੈ, ਇਹ ਖਤਰਾ ਮਹਿਸੂਸ ਆਪਣੇ ਆਪ ਜਾਣ ਕੇ ਕਰਦੇ ਆ ਲੋਕਾਂ ਨੂੰ ਸਮਝਾਉਣ ਲਈ, ਗਲਤ ਰਸਤਾ ਦੇਣ ਲਈ। ਗਰੇਵਾਲ ਸਾਹਿਬ, ਗਰੇਵਾਲ ਸਾਹਿਬ ਇੱਥੇ ਬੈਠ ਕੇ ਮੈਂ ਹੈਰਾਨ ਹਾਂ, ਨਾ ਇਹ ਕੋਈ ਆਪਦਾ ਦੇਖ ਕੇ ਆਉਂਦੇ ਨੇ। 2020 ਦੀ ਬੁੱਕਲੈਟ ਜਾਰੀ ਕਰਤੀ ਤੁਹਾਡੀ ਸਰਕਾਰ ਨੇ, ਉੱਤੇ 2020 ਲਿਖਿਆ ਭਾਰਤ ਸਰਕਾਰ ਨੇ, ਉਹਨੂੰ ਪੜ੍ਹ ਲਓ। ਉਹਦੇ 'ਚ NPR ਲਿਖਿਆ ਵੀ NPR 'ਚ ਆਹ ਡੇਟੇ ਲੈਣੇ ਨੇ, ਜਿਹੜਾ ਨਹੀਂ ਦੇਊਗਾ ਇਹ ਤੁਹਾਡੀ ਜ਼ਿੰਮੇਵਾਰੀ ਆ। ਉਹਨਾਂ ਨੂੰ ਕਿਹਾ ਇਨਿਊਮਰੇਟਰ ਜਾਏਗਾ, ਪਹਿਲਾਂ ਪ੍ਰਚਾਰ ਕਰੇਗਾ ਵੀ ਆਪਦਾ ਡਰਾਈਵਿੰਗ ਲਾਇਸੈਂਸ, ਆਪਦਾ ਪਾਸਪੋਰਟ, ਆਪਦਾ ਵੋਟਰ ਕਾਰਡ, ਉਹ ਫਿਰ ਸਿਰ ਮਾਰੀ ਜੋ ਥੋੜ੍ਹਾ ਆ, ਮੈਂ ਕੱਢ ਕੇ ਦਿਖਾ ਦਿੰਦਾ। ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਕਹਿਣ ਨਾਲ ਕੀ ਹੈ, ਨੋਟਬੰਦੀ ਤਾਂ ਕਰੀ ਹੈ, ਮੈਨੂੰ ਚੁਰਾਹੇ 'ਚ ਖੜ ਕੇ ਜੋ ਮਰਜ਼ੀ ਕਰ ਦੇਣਾ, ਜੇ ਨਾ ਠੀਕ ਹੋਇਆ ਵੀ ਇੰਨਾ ਕਾਲਾ ਧਨ ਆ ਜਾਏਗਾ ਬਾਹਰ, ਨਕਲੀ ਨੋਟ ਬੰਦ ਹੋ ਜਾਣਗੇ, ਅੱਤਵਾਦ ਬੰਦ ਹੋ ਜਾਏਗਾ, ਤਿੰਨ 'ਚੋਂ ਕਿੱਚੀ 'ਚ ਬੰਦ ਹੋਈ ਦਿਖਾ ਦੇਣ। ਸੋ ਇਹ ਪ੍ਰਧਾਨ ਮੰਤਰੀ ਦੇ ਕਦੇ ਕਹਿਣ ਨਾਲ ਨਹੀਂ ਮੰਨਿਆ ਜਾ ਸਕਦਾ ਪ੍ਰਧਾਨ ਮੰਤਰੀ ਦਾ, ਕਿਉਂਕਿ ਜਿਹੜਾ ਇਹ ਹੈ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਨੇ ਜੋ ਉਹੀ ਕਰਦੇ ਨੇ। ਉਹਨਾਂ ਨੇ 2014 ਤੋਂ ਪਹਿਲਾਂ ਦੀਆਂ ਸਪੀਚਾਂ ਸੁਣ ਲਓ, ਜੋ ਕੁਛ ਰੁਪਈਏ ਦੇ ਗਿਰਨ ਬਾਰੇ, ਜੋ ਕੁਛ ਤੇਲ ਦੇ ਭਾਅ ਬਾਰੇ ਬੋਲਿਆ, ਜੋ ਅੱਜ ਬੋਲਦੇ ਨੇ। ਠੀਕ ਹੈ, ਮੈਂ ਇੱਕ ਹੋਰ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਤੀਕਰ ਦੀ ਜਿਹੜੀ ਇਹ ਚਰਚਾ ਹੈਗੀ ਹੈ ਸਮਝ ਆਈ ਹੋਵੇਗੀ। ਮੈਂ ਵੀ ਅੱਜ ਕੋਸ਼ਿਸ਼ ਕੀਤੀ ਹੈ ਕਿ ਆਪਦੇ ਆਪ ਨੂੰ ਘੱਟ ਇਸ ਦੇ ਵਿੱਚ ਦਖਲ ਲਈ ਅੱਗੇ ਲਿਆਵਾਂ, ਕਿਉਂਕਿ ਮੈਂ ਵੀ ਇਹ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਮੁੱਦੇ ਦੀ ਸਮਝ ਆਵੇ। ਗੁੰਮਰਾਹ ਕੌਣ ਕਰ ਰਿਹਾ, ਕੌਣ ਨਹੀਂ ਕਰ ਰਿਹਾ, ਇਹ ਵੀ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ। ਜੇ ਗੁੰਮਰਾਹ ਮੈਂ ਵੀ ਤੁਹਾਨੂੰ ਕਰ ਰਿਹਾ ਤਾਂ ਮੇਰੇ 'ਤੇ ਵੀ ਸਵਾਲ ਖੜ੍ਹੇ ਕਰ ਦਿਓ, ਕਿਉਂਕਿ ਮੈਂ ਉਸ ਮੀਡੀਆ ਨੁਮਾਇੰਦਿਆਂ ਵਿੱਚ ਸ਼ਾਮਿਲ ਹੈਗਾ ਜਿਹਦੇ ਵਿੱਚ ਬਹੁਤਾ ਹਿੱਸਾ ਤੁਹਾਨੂੰ ਗੁੰਮਰਾਹ ਵੀ ਕਰ ਰਿਹਾ ਹੈਗਾ, ਅਤੇ ਉਹਨਾਂ ਲਈ ਸਾਨੂੰ ਇਸ ਡਿਬੇਟ ਦੇ ਵਿੱਚੋਂ ਸਵਾਲ ਖੜ੍ਹੇ ਕਰਨੇ ਪੈਣਗੇ ਕਿ ਗੁੰਮਰਾਹ ਅਸਲ ਵਿੱਚ ਕੌਣ ਕਰ ਰਿਹਾ। ਸਿਆਸਤ ਇਕੱਲੀ ਗੁੰਮਰਾਹ ਕਰ ਰਹੀ ਹੈ ਜਾਂ ਸਿਆਸਤ ਨੂੰ ਇਸ TV ਚੈਨਲ 'ਤੇ ਦਿਖਾਉਣ ਵਾਲੇ ਵੀ ਤੁਹਾਨੂੰ ਗੁੰਮਰਾਹ ਕਰ ਰਿਹਾ। ਬ੍ਰੇਕ ਤੋਂ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋ ਗਿਆ ਸੀ। ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ, ਦੇਸ਼ ਤੋਂ ਵਿਦੇਸ਼ ਤੱਕ CA 'ਤੇ ਉੱਠ ਰਹੇ ਸਵਾਲਾਂ ਦਾ ਭਾਰਤ ਸਰਕਾਰ ਕੋਲ ਕੀ ਜਵਾਬ ਹੈ? ਗਰੇਵਾਲ ਸਾਹਿਬ, ਬਹੁਤ ਸੰਖੇਪ ਮੈਨੂੰ ਜਵਾਬ ਚਾਹੀਦਾ। ਕਾਨੂੰਨ ਮੰਤਰੀ ਇਹ ਗੱਲ ਉੱਥੇ ਕਹਿੰਦੇ ਆ ਕਿ ਸ਼ਹੀਨ ਬਾਗ ਨੂੰ ਅਸੀਂ ਸਿਰਫ ਇੱਕ ਮੁਹੱਲਾ ਜਾਂ ਇੱਕ ਭੂਗੋਲ ਦਾ ਹਿੱਸਾ ਸਮਝ ਕੇ ਨਾ ਦੇਖੀਏ, ਇੱਕ ਵਿਚਾਰ ਆ ਜਿਹੜਾ ਦੇਸ਼ ਨੂੰ ਵੰਡਣ ਵਾਲਾ ਹੈ। ਬਿਲਕੁਲ ਠੀਕ ਹੈ, ਸ਼ਹੀਨ ਬਾਗ ਦੇਸ਼ ਨੂੰ ਵੰਡ ਦੇਊਗਾ, ਸ਼ਹੀਨ ਬਾਗ ਵਿੱਚ ਇੰਨੀ ਤਾਕਤ ਕਿੱਥੋਂ ਹੈ? ਇਸ ਤਰ੍ਹਾਂ ਇੱਦਾਂ ਹੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅੱਗੇ ਬੜਾਵਾ ਦੇ ਕੇ ਜਿਹਦੇ 'ਚ ਕੁਛ ਮੀਡੀਆ ਦੇ ਮਿੱਤਰ ਵੀ ਮਿਲ ਜਾਂਦੇ ਆ, ਕੁਛ ਬਾਕੀ ਸ਼ਕਤੀਆਂ ਵੀ ਮਿਲ ਜਾਂਦੀਆਂ ਨੇ, ਉਹ ਸਾਰੇ ਗਲਤ ਫਹਿਮੀਆਂ ਪਾਉਣ ਲਈ, ਲੋਕਾਂ ਨੂੰ ਗਲਤ ਰਾਹ ਦੇਣ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਕਿ ਕੋਈ ਡੈਮੋਕ੍ਰੇਸੀ ਹੈਗੀ ਆ ਇੱਥੇ, ਇਸ ਕਰਕੇ ਨਹੀਂ ਤਾਂ ਕੋਈ ਹੋਰ ਤਰ੍ਹਾਂ ਦੀ ਸਰਕਾਰ। ਮੀਡੀਆ ਸ਼ਾਹੀਨ ਬਾਗ ਦੇ ਮਾਮਲੇ 'ਤੇ ਗਲਤ ਰਿਪੋਰਟਿੰਗ ਕਰ ਰਿਹਾ, ਗੁੰਮਰਾਹ ਕਰ ਰਹੇ ਪੂਰੇ ਦੇਸ਼ ਨੂੰ, ਇਹ ਗਲਤ ਬੋਲ ਰਹੇ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹੜੇ ਉੱਥੇ ਬੈਠੇ ਨੇ ਕਰ ਰਹੇ ਨੇ, ਜਿਹੜੇ ਉਹਨਾਂ ਨੂੰ ਕਰਵਾ ਰਹੇ ਨੇ ਉਹ ਨਹੀਂ ਕਰ ਰਹੇ, ਲੋਕ ਨਹੀਂ ਕਰ ਰਹੇ, ਉਹਨਾਂ ਨੂੰ ਕਰਵਾਉਣ ਵਾਲੇ ਲੋਕ ਨੇ, ਉਹ ਪੂਰੀ ਤਿਆਰੀ ਕੀਤੀ ਗਈ ਹੈ ਪਹਿਲਾਂ, ਉਹਨਾਂ ਦੇ ਬ੍ਰੇਨ ਵਾਸ਼ ਕੀਤੇ ਗਏ ਆ ਕਾਫੀ ਸਮਾਂ ਉਹਦੇ ਤੇ ਲੱਗਿਆ। ਗਰੇਵਾਲ ਸਰ, ਤੁਸੀਂ ਕਹਿ ਰਹੇ ਸੀ ਨਾ ਫੈਕਟਸ ਤੇ ਗੱਲ ਕਰੀਏ ਤਾਂ ਬਿਹਤਰ ਹੋਊਗਾ, ਗੁੰਮਰਾਹ ਨਹੀਂ ਹੋਣਾ ਚਾਹੀਦਾ। ਡਾਕਟਰ ਗਰਗ ਨੇ ਆਨਲਾਈਨ ਇਹ ਕੱਢ ਲਿਆ ਹੈਗਾ ਅਪਡੇਸ਼ਨ ਬਾਰੇ ਜਿਹੜਾ ਤੁਹਾਡਾ ਲਿਖਿਆ ਹੋਇਆ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ, ਇਹ NPR ਬਾਰੇ ਲਿਖਿਆ ਹੋਇਆ 2020 ਉੱਤੇ ਲਿਖਿਆ ਹੋਇਆ, ਜਦੋਂ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਕਿ ਨਹੀਂ ਲਾਗੂ ਹੋਣ ਜਾ ਰਿਹਾ ਤਾਂ ਗੱਲ ਖਤਮ ਹੋ ਗਈ, ਕੀ ਲਿਖਿਆ 2020 ਲਿਖਣ ਨਾਲ ਕੋਈ ਸਰਕਾਰਾਂ ਥੋੜਾ ਚੱਲਦੀਆਂ ਨੇ ਜੀ, ਰੱਖ ਲਓ ਜੀ ਗੱਲ, ਜਦੋਂ ਪ੍ਰਧਾਨ ਮੰਤਰੀ ਜੋ ਕਹਿੰਦੇ ਆ ਉਹ ਹੁੰਦਾ, ਦਿਸ਼ਾ ਉਹ ਦਿੰਦੇ ਆ ਸਰਕਾਰ ਨੂੰ। ਮੈਨੂੰ ਇਹ ਗੱਲ ਸੁਣ ਕੇ ਜ਼ਿਆਦਾ ਤਕਲੀਫ ਹੋ ਰਹੀ ਹੈ ਕਿ ਲਿਖਣ ਨਾਲ ਸਰਕਾਰਾਂ ਨਹੀਂ ਚੱਲਦੀਆਂ। ਜੇ BJP ਇਹ ਕਹਿਣ ਤੇ ਆ ਗਈ ਹੈ ਤੇ ਦੇਸ਼ ਦੀ ਜਨਤਾ ਨੂੰ ਬਿਲਕੁਲ ਸਾਵਧਾਨੀ ਨਾਲ ਇਹਨਾਂ ਦੇ ਇਰਾਦੇ ਨੂੰ ਸਮਝ ਲੈਣਾ ਚਾਹੀਦਾ। ਅੱਜ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਅੱਜ ਸਾਡੇ ਇੱਥੇ ਉਹ ਰਜਵਾੜੇ ਨਹੀਂ ਜਿਹੜੇ ਸਭ ਕੁਝ ਲਿਖਣ ਤੋਂ ਬਾਅਦ ਆਖਿਰ 'ਚ ਜੋ ਹੁਕਮ ਦੇ ਦੇਣਗੇ ਉਹ ਵੀ ਫਾਈਨਲ ਹੋਏਗਾ। ਪ੍ਰਧਾਨ ਮੰਤਰੀ ਕੋਈ ਉਹ ਨਿਰੰਕੁਸ਼ ਰਾਜਾ ਨਹੀਂ ਹੈਗਾ, ਸਾਡਾ ਹੋ ਨਹੀਂ ਸਕਦਾ, ਇਸ ਦੇਸ਼ ਦੀ ਜਨਤਾ ਸਵੀਕਾਰ ਨਹੀਂ ਕਰਦੀ, ਸੰਵਿਧਾਨ ਨਹੀਂ ਮੰਨਦਾ ਕਿ ਉਹ ਜੋ ਕਹਿ ਦੇਗਾ ਉਹ ਹੀ ਹੋਏਗਾ। ਮੈਂ ਸਰ ਆਖਰੀ ਗੱਲ ਕਹਿ ਰਿਹਾ, ਇਹਨਾਂ ਨੇ 2003 ਦੇ ਰੂਲ ਬਣਾਏ, 2003 ਦੇ ਰੂਲ ਦੇ ਵਿੱਚ ਕਿਹਾ NPR ਹੋਏਗਾ ਫਿਰ NRC ਹੋਏਗਾ। ਕਾਂਗਰਸ ਨੇ ਉਹਦੇ ਵਿੱਚ 2009 ਦੇ ਵਿੱਚ ਅਮੈਂਡਮੈਂਟ ਕਰਕੇ ਆਸਾਮ ਵਾਸਤੇ ਰੂਲ ਬਣਾਏ। ਮੈਂ ਇਸ ਕਰਕੇ ਸਪਸ਼ਟ ਕਰਦੇ ਹਾਂ ਕਿ ਕਾਂਗਰਸ ਦਾ ਰੋਲ ਵੀ ਸਾਨੂੰ ਪਤਾ ਹੋਣਾ ਚਾਹੀਦਾ, 10 ਸਾਲ ਦੀ ਸਰਕਾਰ ਰਹਿਣ ਤੋਂ ਬਾਅਦ ਉਹਨਾਂ ਨੇ ਰੂਲ ਅਮੈਂਡ ਨਹੀਂ ਕੀਤੇ, ਖਤਮ ਨਹੀਂ ਕੀਤੇ, ਉਹਨਾਂ ਨੇ ਵੀ ਨਹੀਂ ਕੀਤੇ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਫਿਰ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ
जिहदे विच लिखिया नोटिफिकेशन सरकार दी केंद्र सरकार दी जिहदा मुखिया प्रधानमंत्री है कि अप्रैल टू सितंबर एनपीआर होना है वह एनपीआर होएगा तो जिहड़े लोग पुछण जाणगे एनपीआर दे विच ਉਹ ਕੀ ਪੁੱਛਣਗੇ ਉਹਦਾ ਮੈਨੂਅਲ ਹੈ ਜਿਹੜਾ ਗਰਗ ਸਾਹਿਬ ਨੇ ਤੁਹਾਨੂੰ ਦਿਖਾਇਆ ਮੈਂ ਇਸ ਕਰਕੇ ਕਹਿਣਾ ਇਹ ਜਦੋਂ ਇਹ ਕਹਿ ਦਿੰਦੇ ਨੇ ਕਿ ਸਰਕਾਰੀ ਇਹ ਮੁੱਖ ਪ੍ਰਧਾਨ ਮੰਤਰੀ ਨੇ ਕਹਿਤਾ ਇਹ ਮੰਨਦੇ ਨੇ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸਦਨ ਦੇ ਵਿੱਚ ਝੂਠ ਬੁਲਵਾ ਦੇਣ ਕਿਉਂਕਿ ਉਹਦੇ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਸਰਕਾਰ ਨੇ ਫੈਸਲਾ ਕੀਤਾ ਐਨਆਰਸੀ ਕਰਾਂਗੇ ਉਹ ਬਿਆਨ ਸਰਕਾਰ ਦਾ ਹੁੰਦਾ ਹੈ ਜਿਹੜੇ ਪ੍ਰਧਾਨ ਮੁੱਖ ਪ੍ਰੈਜ਼ੀਡੈਂਟ ਨੂੰ ਇਹ ਕਹਾ ਦਿੰਦੇ ਨੇ ਫਿਰ ਪ੍ਰਧਾਨ ਮੰਤਰੀ ਕਹਿ ਦਿੰਦਾ ਅਸੀਂ ਕਦੇ ਵਿਚਾਰ ਨਹੀਂ ਕੀਤਾ ਇਸ ਲਈ ਪ੍ਰਧਾਨ ਮੰਤਰੀ ਤੇ ਕਿੰਨਾ ਵਿਸ਼ਵਾਸ ਕੀਤਾ ਜਾਵੇ ਜੇ ਇਹਨਾਂ ਨੇ ਕੁਝ ਕਰਨਾ ਆਖਰੀ ਗੱਲ ਕਹਿ ਰਹੇ ਤੇ ਫਿਰ ਐਨਆਰਸੀ ਤੇ ਐਨਪੀਆਰ ਨਾ ਕਰਨ ਇਹ ਬੇਰੋਜ਼ਗਾਰਾਂ ਦਾ ਰਜਿਸਟਰ ਬਣਾਉਣ ਤੇ ਉਹ ਰਜਿਸਟਰ ਬਣਾ ਕੇ ਬੇਰੋਜ਼ਗਾਰਾਂ ਦਾ ਇਸ ਦੇਸ਼ ਦੇ ਵਿੱਚ ਕਿੰਨੇ ਨੇ ਫਿਰ ਹਿਸਾਬ ਦੇਣ ਕਿ ਕਿੰਨੇ ਬੇਰੋਜ਼ਗਾਰਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਇਹ ਉਹ ਕਰਨ ਦੀ ਬਜਾਏ ਦੇਸ਼ ਨੂੰ ਵੰਡਣ ਵਾਸਤੇ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਵਾਸਤੇ ਤੇ ਸੱਤਾ ਦੇ ਮਜ਼ਬੂਤ ਰਹਿਣ ਵਾਸਤੇ ਕਰ ਰਹੇ ਨੇ ਇਸ ਦੇਸ਼ ਦਾ ਦਲਿਤ ਇਸ ਦੇਸ਼ ਦਾ ਮਾਈਨੋਰਿਟੀ ਇਸ ਦੇਸ਼ ਦਾ ਗਰੀਬ ਲਗਾਤਾਰ ਇਹਨਾਂ ਦੇ ਇਰਾਦਿਆਂ ਨੂੰ ਵੇਖ ਰਿਹਾ ਤੇ ਜਿਹੜਾ ਮਾਨੀ ਅਡਾਨੀ ਦੀ ਪੋਲਿਟਿਕਸ ਹੈ ਤੇ ਨਫ਼ਰਤ ਦੀ ਪੋਲਿਟਿਕਸ ਉਹਨੂੰ ਸਵੀਕਾਰ ਨਹੀਂ ਕਰ ਸਕਦਾ ਉਹੀ ਸ਼ਾਹੀਨ ਬਾਗ 'ਚ ਬੈਠੇ ਨੇ ਸ਼ਾਹੀਨ ਬਾਗ ਦੇਸ਼ ਦੇ ਹਰ ਹਿੱਸੇ 'ਚ ਬਣ ਰਿਹਾ ਸ਼ਾਹੀਨ ਬਾਗ ਦਾ ਹੀ ਸਵਾਲ ਮੈਂ ਲੈਣਾ ਚਾਹੁੰਦਾ ਗੁਰਦਾਰਾ ਸਾਹਿਬ ਇਹ ਕਿਹੜੀ ਸਿਆਸਤ ਹੈ ਜਿਹੜੀ ਉਸ ਨੂੰ ਦਿੱਲੀ ਦੇ ਸਿਆਸੀ ਦੰਗਲ ਤੱਕ ਮਹਦੂਦ ਰੱਖਣਾ ਚਾਹੁੰਦੀ ਹੈ ਜਿਹੜੀ ਕਹਿੰਦੀ ਹੈ ਕਿ 8 ਤਰੀਕ ਤੋਂ ਬਾਅਦ ਉੱਥੇ ਰਸਤੇ ਵੀ ਖੁੱਲ ਜਾਣਗੇ ਜਿਹੜੀ ਸਿਆਸਤ ਇਹ ਕਹਿੰਦੀ ਹੈ ਕਿ ਬੀਜੇਪੀ ਨੇ ਇਹ ਆਪ ਜਾਣਬੁੱਝ ਕੇ ਉੱਥੇ ਇਹ ਧਰਨਾ ਲਗਵਾਇਆ ਹੋਇਆ ਉਹ ਕਿਹੜੀ ਸਿਆਸਤ ਹੈ ਜਿਹੜੀ ਕਹਿੰਦੀ ਹੈ ਕਿ ਬੀਜੇਪੀ ਉੱਥੇ ਰਸਤੇ ਜਾਣਬੁੱਝ ਕੇ ਨਹੀਂ ਖੋਲ੍ਹਣਾ ਚਾਹੁੰਦੀ ਉਹ ਕਿਹੜੀ ਸਿਆਸਤ ਹੈ ਫਿਰ ਮੈਨੂੰ ਉਹਦੇ ਬਾਰੇ ਦੱਸੋ ਸਰ ਜਿਹੜੀ ਸਿਆਸਤ ਉਹ ਬੀਜੇਪੀ ਦਿੱਲੀ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਮੈਂ ਹੋਵਾਂ ਤੁਸੀਂ ਹੋ ਜਿਹੜੀ ਲੋਕਾਂ ਦੇ ਬੈਠਣ ਦੇ ਲੋਕਾਂ ਦੇ ਅੰਦੋਲਨ ਦੇ ਵਿਸ਼ਵਾਸ ਨਹੀਂ ਕਰਦੀ ਉਹਨਾਂ ਦੇ ਸ਼ੱਕ ਕਰਦੀ ਹੈ ਉਹ ਸਿਆਸਤ ਤੇ ਸਵਾਲ ਹੈ ਇਸ ਕਰਕੇ ਮੈਂ ਕਹਿ ਰਿਹਾ ਗੱਲ ਕਿ ਇਲਾਹਾਬਾਦ ਕੋਲਕਾਤਾ ਬੰਬੇ ਦੇਸ਼ ਦੇ ਵਿੱਚ ਡਿਫਰੈਂਟ ਡਿਫਰੈਂਟ ਥਾਂ ਦਿੱਲੀ ਦੇ ਵਿੱਚ 7 ਥਾਂ ਸ਼ਾਹੀਨ ਬਾਗ ਬਣ ਰਹੇ ਨੇ ਹਰੇਕ ਥਾਂ ਪ੍ਰੋਟੈਸਟ ਹੋ ਰਹੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਤੁਸੀਂ ਵੇਖਿਆ ਹੋਏ ਸੰਵਿਧਾਨ ਬਚਾਓ ਯਾਤਰਾ ਦਨਾਸ ਤੋਂ ਸ਼ੁਰੂ ਹੋਈ ਮਨੀਵਾਜਰਾ ਤੱਕ ਹਜ਼ਾਰਾਂ ਲੋਕ ਉਹਦੀ ਸ਼ਾਮਿਲ ਹੋਏ ਇਹ ਜਦੋਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਜਾਏ ਅਸੀਂ ਲੋਕਾਂ ਨੂੰ ਇਹ ਕਹਿ ਦਿੰਦੇ ਹਾਂ ਕਿ ਫਲਾਣੇ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਇਸ ਦੇਸ਼ ਦੇ ਲੋਕਾਂ ਨੂੰ ਉਹ ਇੱਕ ਬੋਲਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਉਹ ਕੋਈ ਵੀ ਹੋਵੇ ਉਹਨੂੰ ਸਵਾਲ ਕਰਨ ਦੀ ਲੋੜ ਹੈ ਇਸ ਤਰ੍ਹਾਂ ਇੱਥੇ ਤੁਸੀਂ CAA ਦੇ ਹੱਕ 'ਚ ਸਮਰਥਨ 'ਚ ਵੀ ਦੇਸ਼ ਭਗਤਾਂ ਦਾ ਦੇਖਿਆ ਹੋਣਾ ਮਾਰਚ 8000 ਦੀ ਸੰਖਿਆ ਸੀ ਉਹਦੇ 'ਚ ਇਸੇ ਤਰ੍ਹਾਂ ਮੋਹਾਲੀ ਦੇ ਵਿੱਚ ਦੇਖਿਆ ਬੰਦੇ ਇਕੱਠੇ ਹੋ ਕੇ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤਾਂ ਇਹ ਲਾਈਨ ਡਰਾ ਕਰ ਰਹੇ ਹੋ ਤੁਸੀਂ ਕਿ ਦੇਸ਼ ਭਗਤ ਜਿਹੜੇ ਉਹਦੇ ਹੱਕ ਵਿੱਚ ਸਮਰਥਨ ਕਰ ਰਹੇ ਮੈਂ ਤਾਂ ਤਾਂ ਹੀ ਕਹਿ ਰਿਹਾ ਨਾ ਵੋਟਿੰਗ ਦੁਬਾਰਾ ਕਰਾ ਲਓ ਫਿਰ ਜੇ ਤੁਹਾਨੂੰ ਬਾਕੀ ਦੇਸ਼ ਭਗਤ ਨਹੀਂ ਲੱਗਦਾ ਦੁਬਾਰਾ ਫੇਰ ਆ ਜਾਣੀ ਹੈ 5 ਸਾਲ ਲੱਗਦੇ ਆ 5 ਸਾਲ ਲਈ ਆਏ ਆ ਪਹਿਲਾਂ ਆਏ ਸੀ ਇਹਨਾਂ ਨੇ 5 ਸਾਲ ਪਹਿਲਾਂ ਰੌਲਾ ਪਾਇਆ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਹੁਣ ਅੱਗੇ ਵੀ ਕਿਸੇ ਨਹੀਂ ਸੁਣੀ ਗੱਲ ਨਹੀਂ ਸੁਣਦੇ ਪਏ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਪਏ ਇਹ ਇਹਨਾਂ ਨੂੰ ਬਹੁਤ ਵੱਡਾ ਗਲਤ ਫਹਿਮੀ ਹੈ ਕੋਈ ਗੱਲ ਨਹੀਂ ਗਰੇਵਾਲ ਸਾਹਿਬ ਬੜੇ ਬੜਿਆਂ ਦੀ ਜਿਹੜਾ ਭਰਮ ਦੂਰ ਹੋ ਜਾਂਦਾ ਹੁੰਦਾ ਦੇਖੋ KP ਜੀ ਹਿੰਦੁਸਤਾਨ ਦੇ ਵਿੱਚ ਤਾਂ ਇਹਦਾ ਵਿਦਰੋਹ ਹੋ ਹੀ ਰਿਹਾ ਵਿਰੋਧ ਹੋ ਹੀ ਰਿਹਾ ਹੁਣ ਤਾਂ ਯੂਰੋਪੀਅਨ ਯੂਨੀਅਨ ਜਿੱਥੋਂ ਦੇ ਕੁਛ ਮੈਂਬਰ ਪਾਰਲੀਮੈਂਟਸ ਨੂੰ ਗੌਰਮੈਂਟ ਆਫ ਇੰਡੀਆ ਕਿਸੇ ਥਰਡ ਪਾਰਟੀ ਦੇ ਥਰੂ ਲਿਆ ਕੇ ਕਸ਼ਮੀਰ ਦਿਖਾਉਣ ਲਿਆਏ ਸੀਗੇ ਵੀ ਇੱਥੇ ਸਾਰਾ ਕੁਛ ਨੋਰਮਲ ਹੈ ਉੱਥੇ ਫੁੱਲ ਮੈਜੋਰਿਟੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਮਤਾ ਪਾਸ ਕਰਤਾ ਹੈ ਤੇ ਕੱਲ੍ਹ ਪਾਸ ਨਹੀਂ ਹੋਇਆ ਕੱਲ੍ਹ ਸੌਰੀ ਕੱਲ੍ਹ ਵੋਟਿੰਗ ਹੋਣੀ ਹੈ ਹੋ ਗਈ ਹੈ ਮੈਂ ਹੀ ਕਹਿੰਦਾ ਗੁੰਮਰਾਹ ਨਹੀਂ ਕਰਨਾ ਹਾਂ ਗੁੰਮਰਾਹ ਨਹੀਂ ਕਰਨਾ ਉਹਦੇ ਵਿੱਚ ਕੀ ਕਹਿੰਦੇ ਆ ਇਸ ਇਸ਼ੂ ਨੂੰ ਲਿਆਂਦਾ ਹੈਗਾ ਤੇ ਹੁਣ ਇਹ ਕਿੱਥੇ ਭੱਜਣਗੇ ਦੇਸ਼ ਵਾਲਿਆਂ ਨੂੰ ਤੇ ਇਹ ਕਹਿੰਦੇ ਵੀ ਅਸੀਂ ਸਿਆਣਦੇ ਟਿੱਚ ਨਹੀਂ ਜਿਹੜਾ ਸਵਾਲ ਪੁੱਛ ਲੇ ਉਹ ਇਹ ਦੇਸ਼ ਭਗਤ ਨੀਗਾ ਉਹ ਐਂਟੀ ਨੈਸ਼ਨਲ ਹੈ ਡਟ ਕਰ ਮੈਂ ਲਾਸਟ ਕਮੈਂਟ ਤੁਹਾਡੇ ਤੋਂ ਚਾਹੀਦੇ ਆ ਆਪਾਂ ਚਰਚਾ ਸਮਾਪਤ ਕਰਨੀ ਹੈ ਅਸਲ ਵਿੱਚ ਇਹ ਕਿਹੜੀ ਕੰਪੇਨ ਆ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਕਿਉਂਕਿ ਦੇਸ਼ ਵਿੱਚ ਤਾਂ ਅਸੀਂ ਇਸ ਨੂੰ ਇਹ ਇਸ ਤਰੀਕੇ ਨਾਲ ਪ੍ਰਭਾਸ਼ਿਤ ਕਰ ਰਹੇ ਹਾਂ ਕਿ ਇਹ ਵੋਟ ਵੰਡਣ ਵਾਲੀ ਹੈ ਪੋਲਰਾਈਜ਼ੇਸ਼ਨ ਕਰਨ ਵਾਲੀ ਹੈ ਵਿਦੇਸ਼ ਵਿੱਚ ਇਸ ਨੂੰ ਕਿਸ ਤਰੀਕੇ ਪ੍ਰਭਾਸ਼ਿਤ ਕਰੋਗੇ ਦੇਖੋ ਗੱਲ ਇਹ ਹੈ ਵੀ ਦੇਸ਼ ਦੇ ਵਿੱਚ ਕਦੀ ਵੋਟ ਵੰਡਣ ਨਹੀਂ ਲੋਕਾਂ ਨੂੰ ਵੰਡਣ ਦੀ ਹੈ ਅਸਲ 'ਚ ਇਹਨਾਂ ਦੀ ਸਮੱਸਿਆ ਇਹ ਵੀ ਇਹ ਕਹਿੰਦੇ ਧਰਤੀ ਇਕੱਠੀ ਰਹਿਣੀ ਹੈ ਲੋਕ ਵੰਡੇ ਰਹਿਣ ਤਾਂ ਸਾਡੇ ਕਬਜ਼ੇ 'ਚ ਰਹੇ ਅੰਬਾਨੀ ਅਡਾਨੀ ਨੂੰ ਬਾਹਰ ਜਾਣ ਦੇਈ ਜਾਣ ਥੱਲੇ ਵਾਲੇ ਭੁੱਖੇ ਮਰੀ ਜਾਣ ਜਿਹੜੇ ਦਲਤ ਨੇ ਇਹ NPR ਇਸ ਦਾ ਕਿਉਂ ਨਹੀਂ ਕਰ ਦਿੰਦੇ ਵੀ ਕਿੰਨੇ ਪਰਸੈਂਟ ਦਲਤੀ ਆਬਾਦੀ ਹੈ ਜਿਹੜੀ ਭੁੱਖੇ ਮਰ ਰਹੀ ਹੈ ਰੋਟੀ ਨਹੀਂ ਮਿਲਦੀ ਜਿਹਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਜਿਹਨੂੰ ਰਿਜ਼ਰਵੇਸ਼ਨ ਦਾ ਕੋਈ ਫਾਇਦਾ ਨਹੀਂ ਹੋਇਆ ਇਹ ਕਰਾ ਲੈਣ ਇੱਦਾਂ ਹੀ ਆਦਿਵਾਸੀਆਂ ਦਾ ਕਰਾ ਲੈਣ ਸੋ ਮਨੋਰਟੀ ਦਾ ਇੱਕ ਦੂਜੀ ਗੱਲ ਜਿਹੜੀ ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਹੋ ਵਿਦੇਸ਼ਾਂ ਵਾਲਿਆਂ ਨੇ ਕੀ ਕਮਰਾ ਕਰਨਾ ਵਿਦੇਸ਼ ਦੇ ਵਿੱਚ ਜਿਹੜਾ ਵੀ ਬੈਠਾ ਹੈ ਜਿਹੜਾ ਅੱਜ ਇੰਨੇ ਪੰਜਾਬੀ ਬੈਠੇ ਨੇ ਉੱਥੇ ਪੰਜਾਬੀ ਪੰਜਾਬ ਦੀ ਗੱਲ ਕਰਦੇ ਨੇ ਦੂਜੇ ਕਰਦੇ ਨੇ ਸੋ ਇਹ ਵਿਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਫੋਰਮ ਬਣੀ ਇਸ ਕਰਕੇ ਨੇ 1945 ਜੋ ਸੈਕਿੰਡ ਵਰਲਡ ਵਾਰ ਸੀ ਉਹ ਤੋਂ ਬਾਅਦ UNO ਬਣਿਆ UNESCO ਬਣਿਆ ਉਹਦੀਆਂ ਵੱਖ ਵੱਖ ਬੋਡੀਜ਼ ਬਣੀਆਂ ਉਹ ਬਣੀਆਂ ਹੀ ਇਸ ਵਾਸਤੇ ਨੇ ਇਹ ਜਿਹੜੀ ਇੰਟਰਨੈਸ਼ਨਲ ਕੋਰਟ ਬਣੀ ਆਫ ਜਸਟਿਸ ਹੇਗ ਦੇ ਵਿੱਚ ਇਹ ਬਣੀਆਂ ਹੀ ਇਸ ਵਾਸਤੇ ਨੇ ਜੇ ਕਿਤੋਂ ਦਾ ਤਾਨਾਸ਼ਾਹ ਆ ਕੇ ਖਰਾਬ ਕਰਨ ਲੱਗ ਜਾਏ ਉੱਥੋਂ ਦੀ ਜਨਤਾ ਨੂੰ ਤਾਂ ਇੰਟਰਨੈਸ਼ਨਲ ਧਿਆਨ ਦਿਆ ਜਾਏ ਇੱਕ ਲਾਸਟ ਲਾਈਨ ਮੈਂ ਕਹਾਂਗਾ ਇਹ
ਇਹ ਆਪਣੇ ਆਪ 'ਚ ਹਿੰਦੁਸਤਾਨ ਦੇ ਸੰਵਿਧਾਨ ਦੀ, ਹਿੰਦੁਸਤਾਨ ਦੇ 130 ਕਰੋੜ ਲੋਕਾਂ ਦੀ ਇਹ ਪੂਰੀ ਇਨਸਲਟ ਹੈ। ਮੈਂ ਜ਼ਿੰਮੇਵਾਰੀ ਨਾਲ ਕਹਿਣਾ, ਇਹ ਕਹਿਣਾ ਕਿ ਮੋਦੀ ਸਾਹਿਬ ਨੇ ਜੋ ਕਹਿਤਾ ਹੋਏਗਾ ਸਾਡਾ ਦੇਸ਼ ਮੋਦੀ ਸਾਹਿਬ ਦੇ ਕਹਿਣ 'ਤੇ ਬਿਲਕੁਲ ਨਹੀਂ ਚੱਲਦਾ। ਬੇਸ਼ੱਕ ਉਹ ਪ੍ਰਧਾਨ ਮੰਤਰੀ ਨੇ ਮੰਨਣੀ ਹੈ, ਸਾਡਾ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਕਾਨੂੰਨ ਨਾਲ। ਸਰ ਲਾਸਟ ਕਮੈਂਟ, ਇਸ ਵਿਰੋਧ ਦਾ ਹਾਸਲ ਕੀ ਹੈ? ਵਿਰੋਧ ਦਾ ਹਾਸਲ ਇਹ ਹੈ, ਇਸ ਦੇਸ਼ ਦਾ ਜਿਹੜਾ ਰਾਸ਼ਟਰਵਾਦ ਹੈ, ਭਾਰਤ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸੰਵਿਧਾਨ ਨੇ ਜਿਹੜਾ ਰਾਸ਼ਟਰਵਾਦ ਬਣਾਇਆ, ਇਹ ਵਾਜਪੇਈ ਜਿਹੜੇ ਯੂਰਪ ਦੇ ਰਾਸ਼ਟਰਵਾਦ ਨੂੰ ਮੰਨਦੀ ਉਹਨੂੰ ਨਹੀਂ ਮੰਨਦਾ। ਇੱਥੋਂ ਦਾ ਰਾਸ਼ਟਰਵਾਦ ਜੇ ਸਮਝਣਾ ਕਿ ਰਾਸ਼ਟਰਵਾਦੀ ਕੌਣ ਨੇ, ਤਾਂ ਪਰਖ ਕਰਨੀ ਪਏਗੀ ਨਿਆਂ ਦੇ ਪੱਖ 'ਚ ਕੌਣ ਖੜਾ, ਸਮਤਾ ਦੇ ਪੱਖ 'ਚ ਕੌਣ ਖੜਾ, ਬੋਲਣ ਦੀ ਆਜ਼ਾਦੀ ਦੇ ਪੱਖ 'ਚ ਕੌਣ ਖੜਾ, ਲੋਕਤੰਤਰ ਸੈਕੂਲਰਿਜ਼ਮ ਦੇ ਹੱਕ 'ਚ ਕੌਣ ਖੜਾ, ਡਾਇਵਰਸਿਟੀ ਦਾ ਇੱਜ਼ਤ ਕਰਨ ਦੇ ਹੱਕ 'ਚ ਕੌਣ ਖੜਾ। ਜੋ ਇਹਨਾਂ ਦੇ ਨਾਲ ਖੜਾ ਉਹ ਰਾਸ਼ਟਰਵਾਦੀ ਹੈ, ਜੋ ਇਹਨਾਂ ਨੂੰ ਤੋੜਨਾ ਚਾਹੁੰਦਾ ਉਹ ਰਾਸ਼ਟਰ ਦੇ ਖਿਲਾਫ ਹੈ, ਉਹ ਭਾਰਤ ਰਾਸ਼ਟਰ ਦੇ ਵਿਚਾਰ ਦੇ ਖਿਲਾਫ ਹੈ। ਇਸ ਤੋਂ ਬਿਲਕੁਲ ਸਾਫ਼ ਹੈ, ਤੁਸੀਂ ਇੱਕ ਤੋਂ ਲੈ ਕੇ ਲਗਾਤਾਰ ਘਟਨਾਵਾਂ ਦੇਖ ਲਓ, ਭਾਰਤੀ ਜਨਤਾ ਪਾਰਟੀ ਦੀ ਉਹਦੀ ਸਰਕਾਰ ਉਹ ਲਗਾਤਾਰ ਇਸ ਦੇਸ਼ ਦਾ ਸੱਚਾ ਰਾਸ਼ਟਰਵਾਦ ਜਿਹੜਾ ਉਹਦੇ ਵਿਚਾਰ ਦੇ ਖਿਲਾਫ਼ ਹੈ, ਨਿਆਂ ਦੇ ਖਿਲਾਫ਼ ਹੈ, ਸਮਤਾ ਦੇ ਖਿਲਾਫ਼ ਹੈ, ਬੋਲਣ ਦੀ ਆਜ਼ਾਦੀ ਕੁਚਲਦੇ ਨੇ, ਲੋਕਤੰਤਰ ਦੇ ਖਿਲਾਫ਼ ਹੈ, ਗਣਤੰਤਰ ਦੇ ਖਿਲਾਫ਼ ਹੈ, ਡਾਇਵਰਸਿਟੀ ਨੂੰ ਖਤਮ ਕਰ ਦੇਣਾ ਚਾਹੁੰਦੇ ਨੇ, ਸੈਕੂਲਰਿਜ਼ਮ 'ਤੇ ਇੰਨਾ ਵੱਡਾ ਹਮਲਾ ਕਰ ਰਹੇ ਨੇ, ਲਗਾਤਾਰ ਜੋ ਕਰ ਰਹੇ ਨੇ। ਇਹ ਦੇਸ਼ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਰਾਸ਼ਟਰਵਾਦ ਇਹਨਾਂ ਦਾ ਜਿਹੜਾ ਫੈਲਾ ਰਹੇ ਨੇ ਉਹ ਝੂਠਾ ਹੈ, ਉਹ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ। ਚਲੋ, ਅਤੇ ਇਹਨਾਂ ਨੂੰ ਪਰਖਣ ਦੀ ਵੀ ਸਵਾਲ ਹੈ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਵੀ ਹੋਵੇ, ਜਨਤਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੰਵਿਧਾਨ ਦੇ ਮੁਤਾਬਿਕ ਵਿਚਾਰ ਕਰੇਗੀ, ਉਹਦੇ ਮੁਤਾਬਿਕ ਚੱਲੇਗੀ। ਠੀਕ, ਚਲੋ ਬਹੁਤ ਬਹੁਤ ਧੰਨਵਾਦ ਗੁਜ਼ਾਰਾ ਸਾਹਿਬ ਤੁਹਾਡਾ, ਮਾਨਸਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਡਾਕਟਰ ਤੁਹਾਡਾ ਬਹੁਤ ਧੰਨਵਾਦ, ਹਰਜੀਤ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਅਸੀਂ ਜਿਹੜਾ ਸਵਾਲ ਕੀਤਾ ਸੀ ਦੇਸ਼ ਤੋਂ ਵਿਦੇਸ਼ ਤੱਕ ਸੀਏ 'ਤੇ ਕਿਹੜੀ ਕੰਪੇਨ ਆ, ਉਸ ਸਵਾਲ ਦੇ ਵਿਚਾਲੇ ਮੂਲ ਸਵਾਲ ਇਹ ਰੱਖਿਆ ਗਿਆ ਸੀਗਾ, ਦੇਸ਼ ਲਈ ਕਿਹੜਾ ਵਿਚਾਰ ਹੈ ਸ਼ਹੀਨ ਬਾਗ। ਇਸ ਪੈਨਲ ਦੀ ਚਰਚਾ ਦੇ ਵਿੱਚ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਵਿਚਾਰ ਸ਼ਹੀਨ ਬਾਗ ਦਾ ਦੇਸ਼ ਲਈ ਹੀ ਨਹੀਂ, ਸਾਡੇ ਸੰਵਿਧਾਨ ਲਈ ਹੀ ਨਹੀਂ, ਵਿਦੇਸ਼ ਦੇ ਵਿੱਚ ਵਸਦੇ ਸਾਰੇ ਭਾਈਚਾਰੇ ਲਈ ਇੱਕ ਉਹ ਸੁਨੇਹਾ ਹੈਗਾ ਜਿੱਥੋਂ ਇੱਕ ਵੱਡਾ ਸੁਨੇਹਾ ਜਾਵੇਗਾ। ਹੁਣ ਕਹਿੰਦੇ ਪੱਖ 'ਚ ਜਾਵੇਗਾ, ਕਹਿੰਦੇ ਵਿਰੋਧ 'ਚ ਜਾਵੇਗਾ, ਇਸਦਾ ਫੈਸਲਾ ਤਾਂ ਆਉਣ ਵਾਲਾ ਵਕਤ ਕਰੇਗਾ। ਪਰ ਅੱਜ ਸਵਾਲ ਇਹ ਹੈਗਾ ਕਿ ਜੇ ਦੇਸ਼ ਦੇ ਇਨਸਾਨ ਨੂੰ ਖਤਰਾ ਹੈਗਾ, ਉਸ ਇਨਸਾਨ ਨੂੰ ਖਤਰਾ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ, ਉਸ ਇਨਸਾਨ ਨੂੰ ਖਤਰਾ ਜਿਹਨੂੰ ਰੋਟੀ ਨਹੀਂ ਮਿਲ ਰਹੀਗੀ, ਉਸ ਇਨਸਾਨ ਨੂੰ ਖਤਰਾ ਜਿਹਦੇ ਅੱਗੇ ਧਰਮ ਦਾ ਅਤੇ ਰਾਸ਼ਟਰਵਾਦ ਦਾ ਇੱਕ ਝੂਠਾ ਤੋਖਲਾ ਰੱਖਿਆ ਜਾ ਰਿਹਾ, ਉਸ ਨੂੰ ਖਤਰਾ ਹੈਗਾ, ਉਸ ਖਤਰੇ ਨੂੰ ਸਮਝਣ ਜ਼ਰੂਰਤ ਹੈਗੀ ਹੈ। ਮੈਨੂੰ ਉਮੀਦ ਹੈ ਕਿ ਗੁੰਮਰਾਹ ਕਰਨ ਵਾਲੀ ਚਰਚਾ ਦੇ ਵਿਚਾਲੇ ਤੁਹਾਨੂੰ ਇਹ ਚਰਚਾ ਕੁਛ ਦੇ ਕੇ ਜ਼ਰੂਰ ਜਾਵੇਗੀ। ਬਹੁਤ ਧੰਨਵਾਦ।